ਦੁਆ ਹੈ ਅੱਲਾ ਵਾਹਦਹੁ ਲਾ ਸ਼ਰੀਕ ਹੈ, ਜ਼ਿਕਰ ਦੇ ਸਦਕੇ ਨਾਲ ਸਾਡੇ ਗੁਨਾਹ ਮਾਫ਼ ਫਰਮਾਏ, ਔਰ ਤਮਾਮ ਖਵਾਤੀਨ ਹਜ਼ਰਾਤ ਦੀਆਂ ਦਿਲੀ ਦੁਆਵਾਂ ਕਬੂਲ ਹੋ ਮੰਜ਼ੂਰ ਫਰਮਾਏ। ਮੇਰੇ ਮੁਹਤਰਮ ਸਾਮੀਨ, ਮੈਂ ਜਨਾਬ ਦੇ ਸਾਹਮਣੇ ਸੂਰਾ ਮੁਬਾਰਕਾ ਆਲ ਇਮਰਾਨ ਦੀ ਇੱਕ ਮਰੂਫ ਆਇਤ ਮਜੀਦਾ ਪੜ੍ਹਨ ਦਾ ਸ਼ਰਫ ਹਾਸਲ ਕੀਤਾ। ਅੱਲਾ ਪਾਕ ਬੰਦਿਆਂ ਨਾਲ ਬਹੁਤ ਮੁਹੱਬਤ ਕਰਦੇ ਨੇ, ਔਰ ਬੰਦੇ ਦਾ ਹੱਕ ਕਿ ਵੀ ਅੱਲਾ ਨਾਲ ਮੁਹੱਬਤ ਕਰੇ। ਮੁਹੱਬਤ ਦਾ ਜਵਾਬ ਮੁਹੱਬਤ ਨਾਲ ਦੇਣਾ ਚਾਹੀਦਾ। ਅੱਲਾ ਸਾਡੇ ਨਾਲ ਇੰਨੀ ਮੁਹੱਬਤ ਕਰਦਾ ਕਿ ਜਦੋਂ ਖਾਣ ਦੇ ਕਾਬਿਲ ਨਹੀਂ ਸਾਂ ਉਦੋਂ ਇਸ ਨਾਲ ਹੀ ਲਾ ਦਿੱਤੀ। ਮੁਹੱਬਤ ਇੰਨੀ ਹੈ ਕਿ ਸਾਡੀ ਜ਼ਿੰਦਗੀ ਨੂੰ ਬਹਾਲ ਰੱਖਣ ਵਾਸਤੇ ਅੱਲਾ ਨੇ ਮਾਂ ਦੇ ਪੇਟ 'ਚ ਵੀ ਖੁਰਾਕ ਦਿੱਤੀ ਮੁਹੱਬਤ ਰੱਖਣਾ। ਫਿਰ ਦੁਨੀਆਂ 'ਤੇ ਆਉਣ ਤੋਂ ਬਾਅਦ ਖਾਲਿਕ ਨੇ ਸਾਨੂੰ ਆਵਾਰਾ ਨਹੀਂ ਛੱਡਿਆ, ਮਾਂ ਜੈਸੀ ਹਸਤੀ ਅਤਾ, ਔਰ ਮਾਂ 'ਚ ਇੰਨੀ ਮੁਹੱਬਤ ਰੱਖੀ, ਇੰਨੀ ਮੁਹੱਬਤ ਰੱਖੀ ਕਿ ਬਾਪ ਨਾਲੋਂ ਵੀ ਜ਼ਿਆਦਾ ਮੁਹੱਬਤ ਰੱਖੀ। ਯਾਨੀ ਬਾਪ ਨੂੰ ਵੀ ਔਲਾਦ ਨਾਲ ਮੁਹੱਬਤ ਹੁੰਦੀ ਹੈ, ਲੇਕਿਨ ਵਾਲਦਾ ਨੂੰ ਮੁਹੱਬਤ ਬਹੁਤ ਜ਼ਿਆਦਾ ਹੁੰਦੀ ਹੈ। ਇਹ ਕਰਨ ਵਾਲੀ ਗੱਲ ਕੋਈ ਨਹੀਂ, ਇਹ ਸਿਰਫ ਮਾਂ ਜਾਣਦੀ, ਅਸੀਂ ਨਹੀਂ ਜਾਣਦੇ। ਅਸੀਂ ਚੂੰਕਿ ਮਰਦ ਹਾਂ, ਅਸੀਂ ਜਾਣਦੇ। ਜਿਹੜੀ ਗੱਲ ਦਾ ਇਲਮ ਨਾ ਹੋਵੇ ਉਹ ਮੰਨ ਜਾਣਾ ਚਾਹੀਦਾ। ਅਗਰ ਕੋਈ ਬੰਦਾ ਮਾਂ ਦੀ ਮੁਹੱਬਤ ਦਾ ਅੰਦਾਜ਼ਾ ਲਾਉਣ ਲੱਗੇ ਤਾਂ ਉਹਨੂੰ ਲੱਗ ਹੀ ਨਹੀਂ ਸਕਦਾ। ਜਦੋਂ ਉਹ ਮਾਂ ਬਣਿਆ ਹੀ ਨਹੀਂ ਤਾਂ ਉਹਨੂੰ ਕੀ ਪਤਾ ਮਾਂ ਦੀ ਮੁਹੱਬਤ। ਇਬਲਾ ਜਿਹੜਾ ਹੁਬਦਾਰ ਹੈ ਹਲੇ ਬੈਦ ਦਾ, ਅਗਰ ਮਾਲ ਮੌਜੂਦ ਹੋਵੇ, ਜਦੋਂ ਸਖਤੀ ਹੋਵੇਗੀ ਨਾ ਬਹੁਤ ਸਖਤੀ, ਮਾਂ ਬਣੀ ਹੋਵੇ ਸਭ ਤੋਂ ਪਹਿਲਾਂ ਉਹ ਬੇਟਾ ਬਚਾਉਣ ਦੀ ਕੋਸ਼ਿਸ਼। ਮੈਂ ਦੁਬਾਰਾ ਅਰਜ਼ ਕਰਦਾ, ਔਲਾਦ ਬਚਾਉਣ ਦੀ ਕੋਸ਼ਿਸ਼ ਕਰੇਗੀ। ਇਹ ਉਹ ਮਾਂ ਦੀ ਮੁਹੱਬਤ ਹੈ ਜਿਹਦਾ ਜਵਾਬ ਹੀ ਕਾਇਨਾਤ 'ਚ ਕੋਈ। ਯਕੀਨ ਕਰੋ ਮਾਂ ਦੀ ਮੁਹੱਬਤ। ਅੱਛਾ, ਅੱਲਾ ਪਾਕ ਨੇ ਇੱਕ ਜਗ੍ਹਾ ਫਰਮਾਇਆ ਕਿ ਮੈਂ ਬੰਦਿਆਂ ਨਾਲੋਂ ਉਹਨਾਂ ਦੀ 100 ਮਾਂ ਨਾਲੋਂ ਜ਼ਿਆਦਾ ਮੁਹੱਬਤ ਕਰਦਾ। ਅੱਬਾ 200, ਅੱਲਾ ਪਾਕ 200 ਅੱਬਾ ਵੀ ਤਿਆਗ ਸਕਦਾ। ਚਲੋ, ਅੱਲਾ ਪਾਕ ਇਹ ਵੀ ਆਖ ਸਕਦਾ ਸੀ ਅੰਦਾਜ਼ਾ ਲਵਾਉਣ ਵਾਸਤੇ ਕਿ ਜਿੰਨਾ 200 ਅੱਬਾ ਮੁਹੱਬਤ ਕਰਦਾ ਨਾ ਬੇਟੇ ਨਾਲ, ਓਨੀ ਮੁਹੱਬਤ ਅੱਲਾ ਕਿਸੇ ਬੰਦੇ ਨਾਲ ਕਰਦਾ। ਪਿਓ ਵਾਲੀ ਮੁਹੱਬਤ ਦਾ ਅੱਲਾ ਵੀ ਅੰਦਾਜ਼ਾ ਨਹੀਂ ਦੱਸਿਆ। ਅੱਲਾ ਵੀ ਮਾਂ ਦੀ ਮੁਹੱਬਤ ਦਾ ਅੰਦਾਜ਼ਾ ਦੱਸਿਆ ਕਿ 100 ਮਾਂ ਤੁਹਾਡੇ ਨਾਲ ਓਨੀ ਮੁਹੱਬਤ ਨਹੀਂ ਕਰਦੀ ਜਿੰਨੀ ਮੁਹੱਬਤ ਤੁਹਾਡੇ ਨਾਲ ਮੈਂ ਕਰਾਂ। ਜਿਹੜਾ ਇੰਨੀ ਮੁਹੱਬਤ ਕਰਦਾ ਹੋਵੇ, ਵੈਸੇ ਉਹਦੇ ਨਾਲ ਮੁਹੱਬਤ ਮੇਰਾ ਕਰਨੀ ਚਾਹੀਦੀ। ਇੰਨੀ ਮੁਹੱਬਤ ਕਰਨ ਵਾਲੇ ਨਾਲ ਜ਼ਰੂਰ ਮੁਹੱਬਤ ਕਰਨੀ ਚਾਹੀਦੀ ਹੈ। ਇੰਨਾ ਮਹਿਬੂਬ ਉਹ ਸਾਨੂੰ ਰੱਖਿਆ ਹੈ। ਜੇ ਸਾਡੇ ਕੋਲ ਮਾਂ ਜੈਸੀ ਦੌਲਤ ਮੌਜੂਦ ਨਾ ਹੁੰਦੀ, ਯਕੀਨ ਕਰੋ ਅਸਾਂ ਹਰ ਸ਼ਾ ਖਾ ਜਾਣੀ ਸੀ, ਪਲੀਦ ਵੀ ਤੇ ਪਾਕ ਵੀ। ਕਿਸੇ ਸ਼ਾਇਦ ਤਮੀਜ਼ ਹੀ ਸਾਨੂੰ ਕੋਈ ਨਹੀਂ ਸੀ। ਜਿਹੜਾ ਬੱਚਾ ਆਪਣੇ ਪਿਸ਼ਾਬ ਵਿੱਚ ਹੱਥ ਪਾ ਕੇ ਮੂੰਹ ਵੱਲ ਖੜਦਾ ਹੈ, ਜਿਹੜੀ ਇੱਥੋਂ ਫੜਦੀ ਹੈ ਨਾ ਉਹਨੂੰ ਮਾਂ। ਯਾਨੀ ਇੰਨੀ ਮੁਹੱਬਤ ਹੈ, ਉਹ ਪਾਕੀਜ਼ਗੀ ਅਤਾ ਕਰਦੀ, ਪਲੀਦੀ ਤੋਂ ਬਚਾਉਂਦੀ। ਮੇਰਾ ਖਿਆਲ ਹੈ ਮਾਂ 'ਤੇ ਇੱਕ ਵੱਖਰਾ ਮੌਜੂ ਹੈ ਜਿਹਦੇ 'ਤੇ, ਲੇਕਿਨ ਮੈਂ ਪੜ੍ਹਨਾ ਚਾਹੁੰਦਾ ਕਿ ਅੱਲਾ 100 ਮਾਂ ਤੋਂ ਜ਼ਿਆਦਾ ਮੁਹੱਬਤ ਕਰ। ਅੱਛਾ, ਤੁਹਾਡਾ ਕੀ ਖਿਆਲ ਹੈ ਕਿ ਮੈਂ ਤੁਹਾਨੂੰ ਦੱਸ ਦੇਣਾ, ਜਿਹੜਾ ਅਵਾਰਾ ਹੋਵੇ ਨਾ ਸਭ ਤੋਂ ਜ਼ਿਆਦਾ ਬੇਟਾ, ਮਾਂ ਉਹਦੇ ਨਾਲ ਬਹੁਤ ਮੁਹੱਬਤ ਕਰ। ਅੱਛਾ, ਤਾਂ ਫਿਰ ਅਵਾਰਾ ਹੈ ਹੀ ਕੋਈ ਨਹੀਂ, ਸਾਰੇ ਕੰਮ ਦੇ ਬੈਠੇ। ਅਗਰ ਕੋਈ ਅਵਾਰਾ ਗਰਦ ਹੋਵੇ, ਕੰਮ ਨਾ ਕਰਦਾ ਹੋਵੇ, ਜਿਹੜਾ ਸਿਰਫ ਆ ਕੇ ਸ਼ਾਮ ਨੂੰ ਪੁੱਛੇ ਕੀ ਪਕਾਇਆ, ਨਾ ਉਸ ਕੋਈ ਸ਼ਾਇਦ ਇਕੱਲੀ ਹੋਵੇ। ਜਿਹਨੇ ਇਕੱਲੀ ਹੋਵੇ ਉਹਨੂੰ ਪਤਾ ਹੁੰਦਾ ਸਾਡੇ ਘਰ ਕੀ ਪੱਕਾ ਹੈ। ਭਾਈ ਆਪਦੇ ਖੁਦਾ ਜਿਹੜਾ ਮਜ਼ਦੂਰੀ ਪਿਆ ਕਰਦਾ, ਉਹਨੂੰ ਪਤਾ ਸਾਡੇ ਘਰ 'ਚ ਕੀ ਪੱਕਣਾ। ਉਸ ਇਕੱਲੀ ਜੋ ਆਪ ਹੈ, ਉਹ ਜਿਹੜਾ ਅਵਾਰਾ ਸਾਰੇ ਦਿਨ ਦਾ ਅਵਾਰਾ, ਉਹਨੇ ਸ਼ਾਮ ਨੂੰ ਆ ਕੇ ਪੁੱਛਣਾ ਕੀ ਪਕਾਇਆ। ਜੇ ਕਰਦੇ ਆਖਣ ਟੀਂਡੇ ਪਕਾ, ਉਹ ਫਿਰ ਟੀਂਡੇ ਸਾੜ ਲੈ। ਰੋਬ ਕੌਣ ਪਿਆ ਬੰਦ ਹੈ, ਵਿਹਲਾ ਵਿਹਲਾ, ਰੋਬ ਹੀ ਪਾ ਸਕਦਾ, ਹੋਰ ਕੀ ਕਰ। ਉਹ ਜਦੋਂ ਆਉਂਦਾ ਮੈਂ ਨਹੀਂ ਖਾਣੇ, ਉਹ ਭਰਾ ਆਉਂਦੇ ਨੇ ਜਿੱਥੋਂ ਚੰਗੇ ਲੱਭਦੇ ਨੇ ਜਾ ਕੇ ਉੱਥੋਂ ਖਾ ਲੈ। ਪਿਓ ਆਉਂਦਾ ਜਿੱਥੋਂ ਚਾਂਪਾਂ ਲੱਭਦੀਆਂ ਨੇ ਉੱਥੋਂ ਜਾ ਕੇ ਖਾ ਲੈ।
ਉਸ ਕਦੀ ਨਹੀਂ ਆਖਿਆ ਮੰਮੀ ਕੰਮ ਕਰਾਂਗਾ ਤੇ ਮੰਮੀ ਲਿਆਵਾਂਗਾ। ਉਹ ਆਂਦਾ ਨਹੀਂ ਤੇ ਨਾ ਸਕੀ, ਸਿਰ ਚ ਮਾਰੋ ਆਪਣੇ ਟਿੰਡੇ ਆ ਪੈ ਜਾਂਦਾ। ਉਹ ਆ ਜਾਂਦਾ ਜਿਹੜੀ ਉਹਦੇ ਮਗਰ ਖੱਜਲ ਹੋਵੇ ਨਾ ਉਹਨੂੰ ਮਾਂ। ਮੈਂ ਨਾ ਬਹੁਤ ਸ਼ੁਕਰੀਆ ਕਰਦਾ, ਤੁਹਾਡਾ ਤਜਰਬਾ ਵੀ ਕੁਛ ਨਾ ਕੁਛ ਹੋਵੇਗਾ। ਭਰਾ ਆਂਦੇ ਨੇ ਜਿੱਥੋਂ ਲੱਭਦੀ ਆ ਖਾ ਲੈ, ਪਿਓ ਆਂਦਾ ਖੱਜਲ ਹੋ ਕੇ ਘਰ ਹੀ ਆਉਣਾ ਸੀ, ਕਿੱਥੇ ਜਾਣਾ ਸੀ, ਆਹ ਦਫ਼ਾ ਕਰੋ ਸੁਪਰ। ਸਾਰੇ ਆਂਦੇ ਨੇ ਦਫ਼ਾ ਕਰੋ। ਉਹ ਮਾਂ ਦੁਕਾਨਦਾਰ ਨੂੰ ਪੁੱਛਦੀ ਫਿਰਦੀ ਹੈ, ਇੱਥੇ ਮੇਰਾ ਮਨਸ਼ਾ ਨੇ ਜੇ ਵੇਖਿਆ, ਕਿਹਦਾ ਰਾਮ ਮਨਸ਼ਾ ਹੋਵੇ ਤੇ ਮੈਨੂੰ ਮਾਫ਼ੀ ਦੇ ਆ ਜੇ। ਵੈਸੇ ਮੈਂ ਗੱਲ ਮਿਸਾਲ ਦੀ ਵੀ ਗੱਲ ਕਰਨਾ, ਅਲਤਾਫ ਹੁਸੈਨ ਨੇ ਜੇ ਵੇਖਿਆ, ਇੱਥੇ ਮੇਰਾ ਬਸ਼ੀਰ, ਇੱਥੇ ਮੇਰਾ, ਇੱਥੇ ਮੇਰਾ। ਦੁਕਾਨਦਾਰ ਆਂਦੇ ਨੇ ਭੈਣ ਤੰਗ ਵੀ ਤੁਹਾਨੂੰ ਇਹੀ ਕਰਦਾ, ਕੰਮ ਵੀ ਤੇਰਾ ਇਹ ਪੁੱਤਰ ਨਹੀਂ ਕਰਦਾ, ਵਿਹਲਾ ਨਕਾਰਾ ਵੀ ਇਹ ਹੀ ਹੈ ਤੇ ਤੂੰ ਵੀ ਇਹਦੇ ਮਗਰ ਖੱਜਲ ਹੋਣੀ ਹੈ। ਇਹਨੂੰ ਮਾਂ ਦੇਣੀ ਉੱਥੇ ਖਲੋ ਕੇ ਐਲਾਨ ਕਰਦੀ ਹੈ, ਭਰਾ ਮੈਂ ਆਖਿਆ ਮੇਰਾ ਚੰਗਾ, ਮੈਂ ਆਖਿਆ ਮੇਰਾ ਬੜਾ ਕੰਮ ਹੈ, ਅਵਾਰਾ ਨਲਾਇਕ ਹੈ, ਅੱਗੇ ਹੀ ਅਵਾਰਾ, ਮੈਂ ਵੀ ਛੱਡ ਗਈ ਤੇ ਕਿੱਧਰ ਜਾਏਗਾ। ਲਓ ਜਨਾਬ ਇਹਨੂੰ ਮਾਂ ਦੇਣੀ, ਅੱਗੇ ਹੀ ਅਵਾਰਾ, ਮੈਂ ਵੀ ਛੱਡ ਗਈ। ਮੈਂ ਕਿਸੇ ਮਜ਼ਹਬ ਦੀ ਗੱਲ ਪਿਆ ਕਰਾਂ, ਤੁਹਾਡਾ ਕੀ ਖਿਆਲ, ਮੈਂ ਕਿਸੇ ਮਜ਼ਹਬ ਦੀ ਗੱਲ ਪਿਆ ਕਰਾਂ? ਮੈਂ ਕਿਬਲਾ ਕਿਸੇ ਮਜ਼ਹਬ ਦੀ ਗੱਲ ਪਿਆ ਕਰਾਂ, ਕਿਸੇ ਫਿਰਕੇ ਦੀ ਗੱਲ ਪਿਆ ਕਰਾਂ? ਹਰ ਫਿਰਕੇ ਚ ਮਾਂ ਮੌਜੂਦ ਹੈ। ਚਲੋ ਓਏ, ਮਾਤਮ ਤੇ ਹਰ ਫਿਰਕੇ ਚ ਨਹੀਂ, ਅੰਮਾ ਤੇ ਹਰ ਫਿਰਕੇ ਚ ਮੌਜੂਦ ਹੈ। ਤਰਾਵੀਆਂ ਸਾਰਿਆਂ ਫਿਰਕਿਆਂ ਚ ਨਹੀਂ, ਮਾਂ ਤੇ ਹਰ ਫਿਰਕੇ ਚ ਮੌਜੂਦ ਹੈ ਨਾ। ਯਾਰਵੀਂ ਸਾਰਿਆਂ ਫਿਰਕਿਆਂ ਚ ਨਹੀਂ। ਕਈ ਬੰਦੇ ਫਾਤਿਹਾ ਪੜ੍ਹਨ ਗਏ, ਹੱਥ ਹੀ ਨਹੀਂ ਚੁੱਕਦੇ, ਉਹਨਾਂ ਨੂੰ ਮੌਲਵੀਆਂ ਆਖਿਆ ਇੱਥੇ ਹੱਥ ਨਾ ਕਰੇ, ਥੱਲੇ ਰੱਖੇ, ਗਿਆ ਵੀ ਦੁਆ ਕਰਨ। ਹਰ ਫਿਰਕੇ ਚ ਕੁਝ ਨਾ ਕੁਝ ਇਖਤਲਾਫ ਹੈ। ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਹੈ, ਇਖਤਲਾਫ ਕੋ ਕਰਕੇ ਵਿਖਾਏ ਖਾਂ, ਅੱਲੂ ਮੁਲਤਾਨ ਹੋਵੇ ਜਾਂ ਖਾਲੀ ਮੁਲਤਾਨ ਹੋਵੇ, ਗੱਲ ਹੀ ਕੋਈ ਨੀ। ਮਾਂ ਤੇ ਹਰ ਜਗ੍ਹਾ ਮੌਜੂਦ ਹੈ ਨਾ। ਕਿਬਲਾ, ਮਾਂ ਦੀ ਮੁਹੱਬਤ ਤੋਂ ਕਿਹੜਾ ਬੰਦਾ ਇਨਕਾਰ ਕਰੇਗਾ? ਕਈ ਬੰਦੇ ਮਜਲਿਸ ਐਸੇ ਕੰਮ ਆਏ ਹੁੰਦੇ ਨੇ, ਇੱਕ ਦੋ ਹੁੰਦੇ ਨੇ ਹਰ ਮਜਲਿਸ ਤਕਰੀਬਨ, ਕਈਆਂ ਥਾਵਾਂ ਤੇ ਬਿਲਕੁਲ ਨਹੀਂ ਹੁੰਦੇ, ਕਈਆਂ ਥਾਵਾਂ ਤੇ ਇੱਕ ਦੋ ਹੁੰਦੇ ਨੇ, ਜਿਹੜੇ ਪੂਰਾ ਘੰਟਾ ਤਕਰੀਰ ਸਿਰਫ ਇਸ ਵਾਸਤੇ ਸੁਣਦੇ ਨੇ ਕਿ ਮੌਲਵੀ ਗਲਤੀ ਕਿੱਥੇ ਕਰਦਾ, ਜਾ ਕੇ ਮੌਲਵੀ ਨੂੰ ਦੱਸਾਂਗੇ ਵੀ ਆਹ ਉਹਨੇ ਕੀ ਆਖਿਆ। ਜਿਹੜਾ ਕੋਈ ਇਸ ਨੀਅਤ ਨਾਲ ਬੈਠਾ ਨਾ, ਉਹ ਇਨਸ਼ਾਅੱਲਾ ਉਂਝ ਹੀ ਜਾਏਗਾ। ਮੇਰਾ ਕੋਈ ਪ੍ਰੋਗਰਾਮ ਨਹੀਂ ਕੋਈ ਚਵੜ ਮਾਰਨ ਤੋਂ ਜੋ ਮਿਹਰਬਾਨੀ, ਤੁਸੀਂ ਸਾਰੇ ਖੁਸ਼ ਦੇ ਲੋਕ ਸੁਣੋ। ਅੱਜ ਜਿਵੇਂ ਅੱਡੇ ਚ ਕੰਡਕਟਰ ਨੂੰ ਪਤਾ ਲੱਗ ਜਾਂਦਾ ਨਾ ਕਿ ਸਵਾਰੀ ਕਿੱਧਰ ਜਾਣੀ ਹੈ, ਜਾਣੀ ਹੈ ਕਿ ਨਹੀਂ ਜਾਣੀ। ਕੰਡਕਟਰਾਂ ਦਾ ਰੋਜ਼ ਦਾ ਕੰਮ ਹੁੰਦਾ, ਉਹਨਾਂ ਨੂੰ ਸਾਫ ਲੱਗ ਜਾਂਦਾ ਹੈ ਵੀ ਆਹ ਸਵਾਰੀ ਹੈ, ਇਹਨੇ ਕਿਤੇ ਜਾਣਾ ਹੈ, ਤੇ ਆਹ ਚੜ੍ਹਨ ਆਇਆ, ਇਹ ਵੀ ਉਹਨੂੰ ਪਤਾ ਲੱਗ ਜਾਂਦਾ। ਤਜਰਬੇ ਨਾਲ ਪਤਾ, ਉਹ ਤਜਰਬੇ ਨਾਲ ਲੱਗਦਾ ਉਂਝ ਕਿਹੜੇ ਹੋਏ ਮੈਂ ਗਾਇਬ ਜਾਣ, ਤਜਰਬੇ ਨਾਲ ਪਤਾ। ਦੁਕਾਨਦਾਰ ਨੂੰ ਸਾਫ ਲੱਗ ਜਾਂਦਾ ਕਿ ਐਸ ਬੀਬੀ ਨੇ ਸੂਟ ਲੈ ਲੈਣਾ ਤੇ ਆਹ ਉਂਝ ਹੀ ਰੇਟ ਪੁੱਛਦੀ ਫਿਰ। ਸਾਡਾ ਵੀ ਰੋਜ਼ ਦਾ ਕੰਮ ਹੈ, ਸਾਨੂੰ ਵੀ ਪਤਾ ਲੱਗ ਜਾਂਦਾ ਕਿਹੜਾ ਬੰਦਾ ਕਿਮ ਕਿਵੇਂ ਬੈਠਾ। ਇਲਮੇ ਗੈਬ ਦੀ ਗੱਲ ਨੇ, ਐਵੇਂ ਤਜਰਬੇ ਦੀ ਗੱਲ। ਬਹੁਤ ਸ਼ੁਕਰੀਆ ਮੇਰੇ ਅਜ਼ੀਜ਼ੋ। ਮਾਂ ਦੀ ਇਹ ਮੁਹੱਬਤ ਹੈ, ਖੱਜਲ ਹੁੰਦੀ ਫਿਰਦੀ ਹੈ ਆਵਾਰਾ ਦੇ ਪਿੱਛੇ। ਹੁਣ ਦੱਸਾਂ, ਸੌ ਮਾਂ ਤੋਂ ਅੱਲਾਹ ਕਿਵੇਂ ਜ਼ਿਆਦਾ ਮੁਹੱਬਤ ਕਰਦਾ। ਹਜ਼ਰਤ ਮੂਸਾ ਇੱਕ ਵਾਰੀ ਕੋਤੂਰ ਤੇ ਜਾ ਕੇ ਅੱਲਾਹ ਨੂੰ ਕਹਿਣ ਲੱਗੇ, ਇਹ ਫਰਾਉਣ ਕੰਜਰ ਦਾ ਰਿਸਕ ਹੀ ਬੰਦ ਕਰ ਛੱਡੇ, ਤੇਰਾ ਹੀ ਖਾਂਦਾ, ਤੈਨੂੰ ਹੀ ਭੌਂਕਦਾ, ਖਾਂਦਾ ਵੀ ਤੇਰਾ ਤੇ ਤੈਨੂੰ ਭੌਂਕਦਾ। ਇਹ ਅੰਦਰ ਵੜ ਕੇ ਤੈਨੂੰ ਆਂਦਾ ਕਿ ਰੱਬ ਤੂੰ ਹੀ ਹੈ, ਤੇ ਬਾਹਰ ਨਿਕਲ ਕੇ ਤੇਰੇ ਪੈਸੇ ਦੇ ਦੇ ਕੇ ਇਹਨਾਂ ਲੋਕਾਂ ਨੂੰ ਵੰਡ ਕੇ, ਤੇ ਲੋਕਾਂ ਨੂੰ ਆਂਦਾ ਰੱਬ ਮੈਂ, ਇਹਦਾ ਕੁਝ ਕਰ, ਰਿਸਕ ਤੇ ਬੰਦ ਕਰ। ਅੱਲਾ ਫਰਮਾਇਆ, ਹੱਦ ਕਰ ਛੜੀਆ ਮੂਸਾ, ਭੋਲੀਆਂ ਗੱਲਾਂ ਨਾ ਨਾ ਕਰ। ਉਹ ਬੰਦਿਆਈ ਛੱਡ ਗਿਆ, ਮੈਂ ਖੁਦਾ ਹੀ ਛੱਡ ਗਿਆ, ਉਹ ਤੇ ਬੰਦਿਆਈ ਛੱਡ ਗਿਆ, ਤੇਰਾ ਕੀ ਖਿਆਲ, ਮੈਂ ਖੁਦਾ ਹੀ ਛੱਡ ਦਿਆ।
ਮੈਨੂੰ ਤੇ ਇਹਨਾਂ ਬੰਦਿਆਂ ਨਾਲ ਓਨੀ ਮੁਹੱਬਤ ਹੈ, ਮੈਂ ਤੇ ਅੱਜ ਵੀ ਪਿਆਨਾ ਫਰਾਉਨ ਦੇ ਕਦਮਾਂ 'ਚ ਆ ਜਾ, ਮੈਂ ਤੇ ਅੱਜ ਵੀ ਪਿਆਨਾ ਹਾਰੂਨ ਦੇ ਕਦਮਾਂ 'ਚ ਆ ਜਾ, ਮੈਂ ਤੇ ਖੁੱਲੇ ਬੂਹੇ ਰੱਖੇ ਨੇ, ਹਰ ਵੇਲੇ ਮੇਰੀ ਰਹਿਮਤ ਦੇ ਦਰਵਾਜ਼ੇ ਖੁੱਲੇ ਨੇ, ਆ ਜਾਣ ਬੰਦੇ ਮੈਂ ਤੇ ਮੁਹੱਬਤ ਕਰਨ ਹਰ ਬੰਦਿਆਂ ਨਾਲ। ਯਕੀਨ ਕਰੋ ਜਿਹੜਾ ਅੱਲਾ ਨੇ ਦੋਜ਼ਖ ਬਣਾਏ ਹਨ ਉਹਦੇ ਤੋਂ ਬਚਾਉਣ ਵਾਸਤੇ ਅੱਲਾ ਨੇ ਆਦਮ ਨੂੰ ਭੇਜਿਆ, ਉਹਦੇ ਵਾਸਤੇ ਬਚਾਉਣ ਵਾਸਤੇ ਅੱਲਾ ਮੁਸਤਫਾ ਨੂੰ ਭੇਜਿਆ, ਉਹਦੇ ਬਚਾਉਣ ਵਾਸਤੇ ਹੀ ਮਹਦੀ ਨੂੰ ਭੇਜਿਆ। ਅੱਲਾ ਬੜਾ ਢਿੱਲ ਪਿਆ ਲਾਉਂਦਾ ਜੀ ਬੰਦੇ ਜਹੰਨਮ ਤੋਂ ਬਚ ਜਾਣ, ਜਿਹੜਾ ਗਿਆ ਆਪਣੇ ਚਵਲ ਪੁਣੇ ਤੋਂ ਜਾਏਗਾ। ਅੱਲਾ ਪਾਕ ਪੂਰੀ ਤਰ੍ਹਾਂ ਹਦਾਇਤ ਭੇਜੀਏ, ਹਾਦੀ ਭੇਜੇ ਨੇ, ਸ਼ਰੀਅਤ ਭੇਜੀਏ ਔਰ ਦੱਸਿਆ ਕਿ ਜੰਨਤ ਜਾਣ ਦਾ ਕੀ ਤਰੀਕਾ ਹੈ। ਆ ਸਾਹਿਬਾਨ ਲੱਗਾ, ਹੁਣ ਲੱਗਾ ਛਾਂ ਵਾਸਤੇ ਜਾ ਤਾਣ, ਜਾਣ ਕੇ ਬੰਦਾ ਧੁੱਪੇ ਖਲੋ ਰਵੇ ਤਾਂ ਉਹਦਾ ਕੀ ਕੀਤਾ, ਇੱਕ ਬੰਦਾ ਧੁੱਪੇ ਖਲੋ ਰਵੇ ਤਾਂ ਉਹਦਾ ਕੀ ਕੀਤਾ। ਅੱਛਾ ਇੱਥੇ ਸਾਰੀ ਜਗ੍ਹਾ ਪਈ ਹੈ, ਕੀ ਉਹਦਾ ਕੁਝ ਵੀ ਨਹੀਂ ਬੰਦਾ ਕਰ ਸਕਦਾ। ਇੱਕ ਬੰਦਾ ਖਲੋਤਾ ਸੀ ਕੰਜੂਸ ਧੁੱਪੇ, ਉਹਨੂੰ ਕਿਸੇ ਆਖਿਆ ਛਾਵੇਂ ਹੋ ਜਾ, ਆਂਦਾ ਕੀ ਦਿਨ ਹੈ, ਉਹ ਆਂਦਾ ਦਫਾਓ ਖਲੋਤਾ ਰਹੋ, ਮੈਂ ਤੇ ਤੇਰੇ ਫਾਇਦੇ ਦੀ ਗੱਲ ਪਿਆ ਕਰਾਂ। ਅੱਲਾ ਨੇ ਜੰਨਤ ਜੈਸੀ ਛਾਂ ਬਣਾਈ ਹੈ ਤਾਂ ਕਿ ਬੰਦੇ ਧੁੱਪੇ ਨਾ ਸੜਨ, ਦੋਜ਼ਖ ਦੀ ਧੁੱਪ ਤੋਂ ਬਚ ਜਾਣ। ਮੇਰਾ ਖਿਆਲ ਬੜੀ ਮੁਹੱਬਤ ਹੈ, ਮੇਰਾ ਖਿਆਲ ਹੁਣ ਇੰਨਾ ਹੀ ਕਾਫੀ ਹੈ, ਮੈਨੂੰ ਕੋਈ 10 ਮਿੰਟ ਹੋ ਗਏ ਨੇ ਇਸ ਗੱਲ ਤੇ। ਇਹਦਾ ਮਤਲਬ ਸਾਨੂੰ ਉਹਦੇ ਨਾਲ ਕੋਈ ਮੁਹੱਬਤ, ਮੇਰਾ ਖਿਆਲ ਭਾਈ ਯਾਰਾ ਹਾਂ ਕਰੋ, ਕਰਨੀ ਚਾਹੀਦੀ ਹੈ ਕਿ ਨਹੀਂ? ਅੱਛਾ ਨਾ ਕਰਿਆ ਜੇ ਵੈਸੇ ਕਰਨੀ ਚਾਹੀਦੀ। ਜਿਹੜਾ ਬੰਦਾ ਨਮਾਜ਼ ਨਹੀਂ ਨਾ ਪੜ੍ਹਦਾ ਉਹਨੂੰ ਕਦੀ ਪੁੱਛੋ ਨਮਾਜ਼ ਪੜ੍ਹਨਾ, ਨਾ ਉਹ ਆਉਂਦਾ ਮੈਂ ਪੜ੍ਹਾਂਗਾ ਅਤੇ ਨਾ ਉਹ ਆਉਂਦਾ ਮੈਂ ਨਹੀਂ ਪੜ੍ਹਦਾ। ਉਹਨਾਂ ਵਿਚਕਾਰੋਂ ਇੱਕ ਦੰਦ ਖੰਦ ਕੌਡੀ ਹੁੰਦੀ ਸੀ, ਤੁਸੀਂ ਵੇਖੀ ਹੋਵੇ ਜੀ ਪੁਰਾਣੇ ਵਕਤ 'ਚ, ਕੌਡੀ ਤਾਂ ਤੁਸੀਂ ਨਹੀਂ ਨਾ ਵੇਖੀ, ਤਾਂ ਕੌਡੀਆਂ ਕੋਕੇ ਕੌਡੀਆਂ ਹੁੰਦੇ ਸਨ, ਉਹ ਸੁੱਟੀ ਦੇ ਹਨ ਅਤੇ ਕਈ ਸਿੱਧੇ ਹੋ ਜਾਂਦੇ ਹਨ, ਕਈ ਪੁੱਠੇ ਅਤੇ ਕਈ ਆਸ ਪਾਸੇ ਦੇ ਹੋ ਰਹਿੰਦੇ ਸਨ। ਬੰਦੇ ਨਮਾਜ਼ ਪੜ੍ਹਦੇ ਨੇ ਤੇ ਕੁਝ ਉੱਕਾ ਨਹੀਂ ਪੜ੍ਹਦੇ। ਜਦੋਂ ਕਿਸੇ ਨੂੰ ਪੁੱਛਿਆ ਨਾ ਪੜ੍ਹਨਾ, ਜਦੋਂ ਪੜ੍ਹਦਾ ਹੁੰਦਾ ਅਲਹਮਦੁਲਿਲਾ, ਜਿਹੜਾ ਨਹੀਂ ਪੜ੍ਹਦਾ ਉਹ ਦੰਦ ਖੰਦ ਹੋ ਗਿਆ। ਹਾਂਜੀ ਨਾ ਆਖ ਮੈਂ ਨਹੀਂ ਪੜ੍ਹਦਾ ਨਾ, ਜਿਹਨੂੰ ਪੁੱਛਿਆ ਨਮਾਜ਼ ਪੜ੍ਹਨਾ ਉਹ ਸਕੇ ਪੜ੍ਹਨੀ ਚਾਹੀਦੀ। ਤੁਸਾਂ ਸੁਭਾਨ ਅੱਲਾ ਨਹੀਂ ਆਖਿਆ, ਮੈਂ ਪਿਆਨਾ ਜਿਹੜਾ ਪੜ੍ਹਦਾ ਹੈ ਉਹਨੂੰ ਪੁੱਛਾ ਨਮਾਜ਼ ਪੜ੍ਹਨਾ, ਉਹਦਾ ਅਲਹਮਦੁਲਿਲਾ ਜੀ ਪੜ੍ਹਨਾ, ਇਨਸ਼ਾਅੱਲਾ ਪੜ੍ਹਾਂਗਾ, ਇਰਾਦਾ ਵੀ ਹੈ, ਹਾਲੇ ਕਬੂਲ ਮਨਜ਼ੂਰ ਫਰਮਾ। ਜਿਹੜਾ ਨਹੀਂ ਪੜ੍ਹਦਾ ਉਹ ਜ਼ਿੰਦਗੀ 'ਚ ਨਹੀਂ ਆਖਿਆ ਮੈਂ ਪੜ੍ਹਨਾ, ਨਾ ਉਸ ਆਖਿਆ ਮੈਂ ਪੜ੍ਹਾਂਗਾ, ਨਾ ਉਸ ਆਖਿਆ ਮੈਂ ਨਹੀਂ ਪੜ੍ਹਦਾ, ਉਸ ਕੀ ਆਖਿਆ ਪੜ੍ਹਨੀ। ਚਲੋ ਇਹ ਨਹੀਂ ਮੰਨ ਜਾਓ ਵੀ ਅੱਲਾ ਨਾਲ ਮੁਹੱਬਤ ਕਰਨੀ ਚਾਹੀਦੀ ਹੈ, ਮਰਜ਼ੀ ਨਾਲ ਕਰਿਆ ਜੇ ਚਾਹੀਦੀ ਵਾਲਾ ਕੰਮ ਠੀਕ ਹੈ। ਸਾਰਾ ਮਜਮਾ ਹੀ ਦੰਦ ਖੰਦ ਹੋ ਗਿਆ, ਸਲਵਾਦ ਪੜ੍ਹੋ ਇੱਕ ਵਾਰ। ਅੱਲਾ ਨਾਲ ਮੁਹੱਬਤ ਹੈ ਤੁਹਾਡੀ ਖੈਰ ਬੱਚਿਆ ਕਰਨੀ ਚਾਹੀਦੀ ਹੈ। ਇੱਕ ਗੱਲ ਦਾ ਧਿਆਨ ਰੱਖਿਆ ਜੇ, ਜਿਹਦੇ ਨਾਲ ਮੁਹੱਬਤ ਹੋਵੇ ਨਾ ਬੰਦਾ ਕਿਸੇ ਦੀ ਨਾ ਮੰਨੇ ਤਾਂ ਉਹਦੀ ਮੰਨ ਜਾਂਦਾ। ਮੇਰਾ ਹਾਲ ਹੁਣ ਬੰਦਿਆਂ ਨੂੰ ਕੋਈ ਅੰਦਰੋਂ ਹੱਲੇ ਨੇ, ਆਪਣਾ ਆਪਾਂ ਮਹਿਬੂਬ ਯਾਦ ਆ ਗਿਆ, ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਤਾਂ ਮਹਿਬੂਬ ਹੈ ਨਾ, ਜਿਹਦੇ ਨਾਲ ਉਹਨੂੰ ਮੁਹੱਬਤ ਹੈ ਨਾ ਜੀ, ਉਹਨੇ ਜਦੋਂ ਗੱਲ ਕੀਤੀ ਹੈ ਨਾ ਬੰਦੇ ਕਿਸੇ ਤੇ ਨਹੀਂ ਮੰਨੇ, ਬੰਦੇ ਮਾਂ ਦੀ ਨਹੀਂ ਮੰਨਦੇ, ਕਈ ਵਾਰੀ ਅੱਬੇ ਦੀ ਨਹੀਂ ਮੰਨਦੇ ਤੇ ਬੀਵੀ ਦੇ ਆ ਕੇ ਸਿਗਰਟ ਛੱਡ ਦਿੰਦੇ ਨੇ। ਸੁਭਾਨ ਅੱਲਾਹ ਵਾਲੀ ਗੱਲ ਤੇ ਹੈ, ਸਾਰੀ ਜ਼ਿੰਦਗੀ ਅੰਮਾ ਡੱਕਦੀ ਰਹੀ ਹੈ, ਅੱਬਾ ਡੱਕਦਾ ਰਿਹਾ, ਤੋ ਸਕਾ ਮੈਂ ਬਚਦਾ ਹੀ ਨਹੀਂ, ਤੇ ਵਲੀਮੇ ਵਾਲੇ ਦਿਨ ਹੋ ਸਕਾ ਮੈਂ ਕਦੀ ਪੀਤੇ ਹੀ ਨਹੀਂ, ਮੈਂ ਚਰੋਕਣੇ ਛੱਡ ਦਿੱਤੇ ਨੇ, ਯਾਨੀ ਸ਼ਾਮ ਤੋਂ ਬਾਅਦ ਰਾਤ ਦੇ ਛੱਡੇ ਨੇ, ਯਾਨੀ ਕਿਸੇ ਨਾਲ ਮੁਹੱਬਤ ਹੋਈ ਤੇ ਕਿਸੇ ਕੁਛ ਹੈ ਛੁੜਾਈ। ਔਰ ਬੀਵੀਆਂ ਦੇ ਆ ਕੇ ਸਿਗਰਟ ਛੱਡਣ ਵਾਲੇ ਹੋ, ਅੱਲਾ ਦੇ ਆ ਕੇ ਸ਼ਰਾਬ ਹੀ ਛੱਡ ਜਾਓ। ਸੁਭਾਨ ਅੱਲਾ, ਮੁਹੱਬਤ ਹੋਵੇ ਸਹੀ, ਉਹ ਜਦੋਂ ਮਹਿਬੂਬ ਕੋਈ ਸ਼ਾਇਦ ਛੁੜਾਏ ਉਦੋਂ ਛੱਡ ਦਿੱਤੀ ਜਾਂਦੀ ਹੈ।
ਮੈਂ ਐਸੇ ਐਸੇ ਬੰਦੇ ਨੌਜਵਾਨੋ ਤੁਹਾਡੀ ਖੈਰ ਹੋ, ਤੁਸੀਂ ਇਸ ਗੱਲ ਤੇ ਕਮ ਅਜ਼ ਕਮ ਹਾਂ ਕੀਤੀ ਹੈ, ਇਹਦਾ ਮਤਲਬ ਹੈ ਜ਼ਰਾ ਨਮ ਹੋ। ਸ਼ੇਰ ਆਉਂਦਾ ਮਾਸਟਰ ਸਾਹਿਬ ਤੁਹਾਨੂੰ ਦਿੰਦਾ, ਜ਼ਰਾ ਨਮ ਹੋ ਤੋ ਇਹ ਮਿੱਟੀ ਬੜੀ। ਤੇ ਬੀਵੀ ਦੇ ਆ ਕੇ ਸਿਗਰਟ ਛੱਡ ਦਿੰਦੇ ਨੇ, ਸੁਭਾਨ ਅੱਲਾਹ ਦੀ ਗੱਲ ਤੇ ਹੈ। ਸਾਰੀ ਜ਼ਿੰਦਗੀ ਅੰਮਾ ਡੱਕਦੀ ਰਹੀ ਹੈ, ਅੱਬਾ ਡੱਕਦਾ ਰਿਹਾ, ਤੇ ਉਹ ਸਕਿਆ ਮੈਂ ਬਚਦਾ ਹੀ ਨਹੀਂ, ਤੇ ਵਲੀਮੇ ਵਾਲੇ ਦਿਨ ਉਹ ਸਕਿਆ ਮੈਂ ਕਦੀ ਪੀਤੇ ਹੀ ਨਹੀਂ, ਮੈਂ ਚਰੋਕਣੇ ਛੱਡ ਦਿੱਤੇ ਨੇ, ਯਾਨੀ ਸ਼ਾਮ ਤੋਂ ਬਾਅਦ ਰਾਤ ਦੇ ਛੱਡੇ ਨੇ, ਯਾਨੀ ਕਿਸੇ ਨਾਲ ਮੁਹੱਬਤ ਹੋਈ ਤੇ ਕਿਸੇ ਕੁਛ ਹੈ ਛੁੜਾਈ। ਔਰ ਬੀਵੀਆਂ ਦੇ ਆਕੇ ਸਿਗਰਟ ਛੱਡਣ ਵਾਲੇ ਹੋ, ਅੱਲਾਹ ਦੇ ਆਕੇ ਸ਼ਰਾਬ ਹੀ ਛੱਡ ਜਾਓ। ਸੁਭਾਨ ਅੱਲਾਹ, ਮੁਹੱਬਤ ਹੋਵੇ ਸਹੀ, ਉਹ ਜਦੋਂ ਮਹਿਬੂਬ ਕੋਈ ਸ਼ਾਇਦ ਛੁੜਾਏ ਉਦੋਂ ਛੱਡ ਦਿੱਤੀ ਜਾਂਦੀ ਹੈ। ਮੈਂ ਐਸੇ ਐਸੇ ਬੰਦੇ ਨੌਜਵਾਨੋ ਤੁਹਾਡੀ ਖੈਰ ਹੋ, ਤੁਸੀਂ ਇਸ ਗੱਲ ਤੇ ਕਮ ਅਜ਼ ਕਮ ਹਾਂ ਕੀਤੀ ਹੈ, ਇਹਦਾ ਮਤਲਬ ਹੈ ਜ਼ਰਾ ਨਮ ਹੋ। ਸ਼ੇਰ ਆਉਂਦਾ ਮਾਸਟਰ ਸਾਹਿਬ ਤੁਹਾਨੂੰ ਦਿੰਦਾ, ਜ਼ਰਾ ਨਮ ਹੋ ਤੋ ਇਹ ਮਿੱਟੀ ਬੜੀ। ਕਰ ਛੱਡਦੇ ਨੇ ਮੁਹੱਬਤ ਔਰ ਯਾਰੀ ਦੀ ਵਜ੍ਹਾ ਤੋਂ, ਮਿਹਰਬਾਨੀ ਫਰਮਾਓ, ਅੱਲਾਹ ਨਾਲ ਮੁਹੱਬਤ ਕਰੀਏ, ਇੰਝ ਕਰਨੇ ਆ। ਆਏ ਤੇ ਮਜੀਦ ਦਾ ਪੜ੍ਹਨ ਤੋਂ ਪਹਿਲਾਂ ਮੈਂ ਜ਼ਰਾ ਇਹ ਜ਼ਿਹਨ ਬਣਾ ਲਾ ਕਿ ਅੱਲਾਹ ਨਾਲ ਮੁਹੱਬਤ ਕਿਵੇਂ ਕਰੇ। ਮੁਹੱਬਤ ਹੁੰਦੀ ਹੈ ਤਿੰਨਾਂ ਚੀਜ਼, ਜਾਂ ਕੋਈ ਸਾਹਮਣੇ ਮਹਿਬੂਬ ਹੋਵੇ ਤੇ ਉਹਦੇ ਨਾਲ ਮੁਹੱਬਤ ਹੁੰਦੀ ਹੈ ਵਜੂਦ ਨਾਲ। ਕਮਾਲ ਵੇਖ ਕੇ ਹੁਸਨ ਕਈ ਨੇ, ਕਈ ਕਿਸਮ ਦੇ ਹੁਸਨ ਨੇ, ਇਲਮ ਵੀ ਹੁਸਨ ਹੈ। ਇਲਮ ਇੱਕ ਹੁਸਨ ਹੈ, ਜਿਹੜਾ ਕੋਝਾ ਕੰਮ ਹੈ ਉਹ ਜਹਾਲਤ ਹੈ ਇਲਮ। ਅੱਛਾ ਦੌਲਤ ਵੀ ਇੱਕ ਹੁਸਨ ਹੈ, ਦੌਲਤਮੰਦ ਕਿਸੇ ਕੰਮ ਦਾ ਵੀ ਨਾ ਹੋਵੇ ਕਿ ਬੰਦੇ ਅੱਗੇ ਪਿੱਛੇ ਲੱਗੇ ਫਿਰਦੇ ਨੇ, ਆਓ ਜੀ ਆ, ਉਹ ਵੀ ਇੱਕ ਹੁਸਨ ਹੈ, ਉਹ ਵੀ ਇੱਕ ਕਮਾਲ ਹੁਸਨ, ਕਮਾਲ ਨੂੰ ਆਉਂਦੇ। ਸਿਆਸਤ ਇੱਕ ਹੁਸਨ ਹੈ, ਸਿਆਸਤਦਾਨ ਸਾਡਿਆਂ ਅੱਬਿਆਂ ਨਾਲ ਸੋਹਣੇ ਨਹੀਂ, ਸੋਹਣੇ ਨੇ ਨਹੀਂ, ਇਸੇ ਨੂੰ ਬੰਦੇ ਨੇ ਆਮ ਬੰਦੇ ਨੇ। ਲੇਕਿਨ ਅਸੀਂ ਆਉਂਦੇ ਹਾਂ ਵੀ ਜੀ ਕਮਾਲ, ਜੇ ਤੁਸੀਂ ਕਦੀ ਆਓ ਤਾਂ ਸਾਡੇ ਕੋਲ ਵਾਸਤੇ ਬੜੀ ਵੱਡੀ ਗੱਲ, ਇਹਦਾ ਮਤਲਬ ਹੈ ਮੁਹੱਬਤ ਹੈ, ਮੁਹੱਬਤ ਹੈ ਕਮਾਲ ਨਾਲ। ਉਹ ਕਮਾਲ ਹੋਵੇ ਹੁਸਨ ਦਾ, ਉਹ ਕਮਾਲ ਹੋਵੇ ਇਲਮ ਦਾ, ਉਹ ਕਮਾਲ ਹੋਵੇ ਸਿਆਸਤ ਦਾ, ਉਹ ਕਮਾਲ ਹੋਵੇ ਇਕਤਦਾਰ ਦਾ। ਯਾਨੀ ਮੁਖਤਲਿਫ ਕਿਸਮਾਂ ਦੇ ਕਮਾਲ ਪਾਏ ਜਾਂਦੇ ਨੇ ਤੇ ਲੋਕ ਮੁਹੱਬਤ ਕਰਦੇ ਨੇ। ਕੋਈ ਵਜੂਦ ਸਾਹਮਣੇ ਆਵੇ ਤੇ ਮੁਹੱਬਤ ਹੁੰਦੀ ਹੈ, ਇੱਕ ਹੋਰ ਵੀ ਮੁਹੱਬਤ ਹੈ, ਵਜੂਦ ਸਾਹਮਣੇ ਨਾ ਆਵੇ ਉਹ ਸ਼ਾਇਰ ਮੁਹੱਬਤ ਕਰਦੇ ਨੇ। ਜਿਹਨਾਂ ਦੇ ਸਾਹਮਣੇ ਕੱਖ ਨਹੀਂ ਹੁੰਦਾ ਉਹਨਾਂ ਐਵੇਂ ਸੋਚ ਲਿਆ ਹੁੰਦਾ, ਇਹਦਾ ਮਤਲਬ ਹੈ ਜਾਂ ਤਸੱਵਰ ਨਾਲ ਮੁਹੱਬਤ ਹੁੰਦੀ ਹੈ ਜਾਂ ਵਜੂਦ ਨਾਲ ਮੁਹੱਬਤ ਹੁੰਦੀ ਹੈ। ਆਓ ਮੁਸਲਮਾਨੋ, ਕੁਰਾਨ ਹੱਥ 'ਚ ਲੈ ਕੇ ਇੱਕ ਵਾਰੀ ਸੋਚੀਏ, ਉਹ ਜਿਹਦੇ ਨਾਲ ਅੱਲਾ ਨਾਲ ਸਾਂ ਮੁਹੱਬਤ ਕਰਨੀ ਹੈ, ਵਜੂਦ 'ਚ ਆਉਂਦਾ ਨਹੀਂ ਤਸੱਵਰ 'ਚ ਸਮਾਉਂਦਾ ਹੀ। ਕਮਾਲ ਹੈ, ਵਜੂਦ 'ਚ ਆਉਂਦਾ ਨਹੀਂ ਤੇ ਤਸੱਵਰ 'ਚ ਸਮਾਉਂਦਾ ਨਹੀਂ। ਕਈ ਵਾਰੀ ਖਾਬ ਵਿੱਚ ਕੋਈ ਹੋਰ ਮਿਲ ਪੈਂਦੀ ਹੈ, ਕਈ ਵਾਰੀ ਖਾਬ ਵਿੱਚ ਬੰਦਾ ਫੇਰ ਦੋ ਆਉਂਦਾ ਨਹੀਂ ਤੇ ਤਸੱਵਰ ਹੀ ਸਮਾਉਂਦਾ ਨਹੀਂ। ਕਈ ਵਾਰੀ ਖਾਬ ਵਿੱਚ ਕੋਈ ਹੋਰ ਮਿਲ ਪੈਂਦੀ ਹੈ, ਕਈ ਵਾਰੀ ਖਾਬ ਵਿੱਚ ਬੰਦਾ ਫੇਰ ਦੋ ਤਰ੍ਹਾਂ ਅੱਖਾਂ ਮੀਟਦਾ ਪਾ ਫੇਰ ਉਂਝ ਹੋਵੇ। ਖਾਬ ਵਿੱਚ ਵੀ ਅੱਲਾ ਨਹੀਂ ਆਉਂਦਾ, ਕੀ ਕਰੀਏ? ਮੈਂ ਕਿਹਾ ਅੱਲਾ ਤੇਰੇ ਨਾਲ ਮੁਹੱਬਤ ਕਰਨੀ ਚਾਹੁੰਦੇ ਨੇ ਬੰਦੇ। ਮਜਮਾ ਮੈਂ ਆਲੂ ਮੁਲਤਾਨ ਦਾ ਤਿਆਰ ਕਰ ਲਿਆ, ਸ਼ੀਆ ਅਹਿਲ ਸੁਨਤ ਦੇ ਅਗਰ ਕੋਈ ਅਹਿਲ ਹਦੀਸ ਵੀ ਦੋਸਤ ਹੋਵੇ ਤਾਂ ਕੋਈ ਰੌਲਾ ਨਹੀਂ, ਮੁਹੱਬਤ ਉਹਦੇ ਨਾਲ ਕਰਨੀ ਹੈ। ਉਹ ਜ਼ਾਤ ਸਾਰਿਆਂ ਦੀ ਸਾਂਝੀਏ, ਸਾਥ ਸਾਰਿਆਂ ਦੀ ਸਾਂਝੀਏ। ਉਸ ਆਪਣਾ ਘਰ ਬਣਵਾਇਆ ਹੈ, ਵਿੱਚ ਵੀ ਨਹੀਂ ਆਉਂਦਾ, ਬਸ ਬਣਵਾਇਆ ਹੈ ਉਸ। ਕਾਇਨਾਤ ਦਾ ਬੰਦਾ ਜੰਮਿਆ ਹੀ ਕੋਈ ਨਹੀਂ, ਸ਼ੀਆ ਸੁੰਨੀ ਵਾਬੀ ਤੇ ਦਿਓਬੰਦੀ, ਜਿਹੜਾ ਉਧਰੋਂ ਮੂੰਹ ਮੋੜੇ ਤੇ ਉਹਦੀ ਨਮਾਜ਼ ਹੋ ਜਾਏ। ਆਬਾਦ ਰਹੋ, ਇੱਕ ਘਰ ਉਸ ਬਣਾਇਆ ਹੈ।
ਸਿਰਫ ਉਸ ਆਖਿਆ ਬੈਤ ਹੀ ਹੈ ਮੇਰਾ ਘਰ, ਨਾ ਉਹਦੇ ਵਿੱਚ ਆਉਂਦਾ ਹੈ ਨਾ ਕਿਸੇ ਕਦੀ ਵੇਖਿਆ, ਜਿਹੜੇ ਅੰਦਰੋਂ ਹੋ ਕੇ ਆਏ ਨੇ ਉਹਨਾਂ ਨੂੰ ਵੀ ਅੱਲਾਹ ਕਿਧਰੇ ਨਜ਼ਰ ਨਹੀਂ ਆਇਆ, ਬਸ ਉਸ ਤਸੱਵਰ ਘਰ ਬਣਾ ਕੇ ਆਖਿਆ ਮੇਰਾ, ਬਾਂਦੇ ਦੁਆਲੇ ਫਿਰਦੇ ਨੇ ਜਿਵੇਂ ਆ ਮੇਜ਼ ਨੇ ਕਾਲੇ ਕੱਪੜੇ ਵਿੱਚ, ਇਵੇਂ ਹੀ ਕਾਬਾ ਜੀ ਕਾਲੇ ਕੱਪੜੇ ਵਿੱਚ, ਇੱਧਰੋਂ ਬੰਦੇ ਇੱਧਰ ਨੂੰ ਕਰਦੇ ਨੇ, ਇੱਧਰ ਵਾਲੇ ਇੱਧਰ ਕਰਦੇ ਨੇ, ਇੱਧਰ ਵਾਲੇ ਇੱਧਰ, ਇੱਧਰ ਵਾਲੇ ਇੱਧਰ, ਉੱਧਰ ਹੀ ਕਰਨਾ ਹੈ, ਬਸ ਉੱਧਰ ਹੀ ਕਰਨਾ ਹੈ, ਉੱਧਰ ਹੀ ਕਰਨਾ ਹੈ, ਮੁਹੱਬਤ ਜੀ ਹੋਈ ਹੈ ਨਾ ਮੁਹੱਬਤ, ਉਹਦੇ ਵਿੱਚ ਇੱਕ ਪੱਥਰ ਠੁੱਕਾਇਆ ਜੇ ਤੁਹਾਨੂੰ ਯਾਦ ਹੋਵੇ, ਉਹਦਾ ਨਾਂ ਹਜਰੇ ਅਸਵਦ ਆਉਂਦੇ ਨੇ ਕਾਲੇ ਨੂੰ, ਸੁਣਿਆ ਪਹਿਲਾਂ ਹਜਰੇ ਅਬੀਜ਼ ਹੁੰਦਾ ਸੀ ਸਫੇਦ ਹੁੰਦਾ ਸੀ, ਹੁਣ ਅਸਵਦ ਹੋ ਗਿਆ, ਮੈਂ ਤੇ ਬਹਿਸ ਨਹੀਂ ਕਰਦਾ, ਅਸਵਦ ਸੀ ਸ਼ੁਰੂ ਦੀ ਅਸਵਦ ਸੀ, ਕਾਲਾ ਪੱਥਰ ਉਹ ਕੱਸ ਕੇ ਅੰਦਰ ਨੂੰ ਹੋ ਗਿਆ, ਤੁਹਾਨੂੰ ਪਤਾ ਯਾਰਾ ਪੱਥਰ ਇੰਗਦੇ ਤਰੀ ਨਾ ਹੁੰਦੇ ਅੱਜ ਨੂੰ, ਉਹ ਬਰਤਨ ਦੀ ਤਰ੍ਹਾਂ ਹੋ ਗਿਆ, ਕਸਾ ਛੜਿਆ ਬੰਦਿਆਂ ਚੁੰਮ ਚੁੰਮ ਕੇ, ਅੰਦਰ ਨੂੰ ਹੋ ਗਿਆ, ਹੱਥ ਲਾ ਲਾ ਕੇ ਅੰਦਰ ਨੂੰ ਹੋ ਗਿਆ, ਬਾਹਰ ਪੱਥਰ ਸੀ, ਇਸ ਤਰ੍ਹਾਂ ਸੀ ਪੱਥਰ ਬਾਹਰ ਸੀ, ਦੀਵਾਰ ਤੋਂ ਪੱਥਰ ਬਾਹਰ ਸੀ, ਤੇ ਅੱਜ ਕੱਲ ਉਹਦੇ ਵਿੱਚ ਮੂੰਹ ਦੇਣਾ ਪੈਂਦਾ, ਕੋਈ ਨੀ ਮੇਰਾ ਤੁਹਾਡੇ ਚੁੱਕ ਗਿਆ, ਸ਼ੁਕਰੀਆ ਮਿਹਰਬਾਨ, ਜਿਹਦਾ ਸ਼ਹਿਰੀ ਵਿੱਚ ਨਹੀਂ ਆਉਂਦਾ ਉਹਨੂੰ ਕੀ ਪਤਾ, ਵੱਡਾ ਕੋ ਸ਼ਹਿਰ ਹੋਵੇ ਤੇ ਵਿੱਚ, ਲੇਕਿਨ ਉਹ ਏਡਾ ਖੁੱਲਾ ਵੀ ਵਿੱਚ ਸਿਰ ਟੁੱਟ ਜਾਣ, ਸ਼ੀਆ ਵੀ ਉੱਥੇ ਚੁੰਮਦੇ ਨੇ। ਅੱਛਾ ਜਦੋਂ ਚੁੰਮੀ ਕਿਸੇ ਸ਼ਹਿ ਜਾਏ ਤੇ ਨਫ਼ਰਤ ਨਾਲ ਚੁੰਮੀ ਜਾਂਦੀ ਹੈ ਕਿ ਮੁਹੱਬਤ, ਐ ਤੁਹਾਡੀ ਖੈਰ ਹੋਵੇ ਮੁਹੱਬਤ ਨਾਲ, ਬੱਚਾ ਪਿਆਰਾ ਲੱਗਦਾ ਤੇ ਬੰਦੇ ਮੂੰਹ ਚੁੰਮ, ਮਾਂ ਮੂੰਹ ਚੁੰਮਦੀ ਹੈ ਬੇਟੇ ਦਾ, ਪੁੱਤਰ ਮੂੰਹ ਚੁੰਮਦਾ, ਯਾਨੀ ਬਾਪ ਦਾ, ਅਗਰ ਬਾਪ ਨੂੰ ਉਹ ਬਾਪ ਸਮਝਦਾ ਹੋਵੇ ਜਾਂ ਇਸ ਕਾਬਿਲ ਸਮਝਦਾ ਹੋਵੇ, ਸਿਰ ਚੁੰਮੀ ਦਾ ਧੀਆਂ ਦਾ ਮੁਹੱਬਤ ਨਾਲ, ਮੁਹੱਬਤ ਨਾਲ ਹੀ ਉਹ ਜਿਹੜੇ ਬੰਦੇ ਸ਼ੀਆ ਸੁਣੀ ਜਾ ਕੇ ਜਿਹਦੇ ਸਭ ਨੂੰ ਚੁੰਮਦੇ ਨੇ ਮੁਹੱਬਤ ਦੀ ਵਜ੍ਹਾ। ਚਲੋ ਉਹ ਯਾਰਾ ਮੁਹੱਬਤ ਨਹੀਂ ਤੇ ਚੁੰਮਣਾ ਕਿਉਂ, ਜਿਹਦੇ ਚ ਮੁਹੱਬਤ ਨਹੀਂ ਨਾ ਉਸ ਪੱਥਰ ਦੀ ਤੇ ਚੁੰਮਦਾ ਹੈ ਕੁਰਾਨ ਤੇ ਮੇਰਾ ਹੱਥੀ ਉਹ ਮੁਨਾਫਿਕ, ਜਿਹਦੇ ਅੰਦਰ ਹਜਰੇ ਅਸਵਦ ਦੀ ਮੁਹੱਬਤ ਨਹੀਂ ਤੇ ਉੱਤੋਂ ਪਿਆ ਚੁੰਮੂ ਉਹਨੂੰ ਹੀ ਮੁਨਾਫਿਕ ਕਹਿੰਦੇ ਨੇ। ਇਹ ਮੁਹੱਬਤ ਕਿਵੇਂ ਪੈਦਾ ਹੋਈ ਹੈ ਤੇ ਏਡੀ ਸਾਂਝੀ ਮੁਹੱਬਤ, ਇੱਥੇ ਲੋਕਾਂ ਸ਼ੀਆਂ ਦੇ ਭਾਂਡੇ ਵੀ ਭੰਨ ਛੜੇ ਨੇ ਕਈਆਂ ਪਿੰਡਾਂ 'ਚ, ਵੀ ਸ਼ੀਆ ਝੂਠਾ ਕਰ ਜਾ ਤੇ ਪਾਕ ਹੀ ਨਹੀਂ ਹੋ ਜਾਂਦਾ, ਉੱਥੇ ਕਿਸੇ ਗਿੱਲੀ ਟਾਕੀ ਨਹੀਂ ਬੋਝ 'ਚ ਰੱਖੀ ਕਿ ਸ਼ੀਆ ਚੁੰਮ ਜਾ ਤੇ ਮਗਰੋਂ ਸਾਫ਼ ਕਰ ਲਈ, ਸ਼ੀਆ ਉੱਥੋਂ ਮੂੰਹ ਚੁੱਕਦਾ ਤੇ ਸੁਣੀ ਰੱਖ ਲੈਂਦਾ, ਸੁਣੀ ਚੁੱਕਦਾ ਤੇ ਭਾਬੀ ਰੱਖ ਲੈਂਦਾ, ਭਾਬੀ ਚੁੱਕਦਾ ਤੇ ਦੋ ਬੰਦੀ ਰੱਖ ਲੈਂਦਾ। ਮੈਂ ਪੁੱਛਿਆ ਇੱਕ ਆਲਮ ਨੂੰ, ਕਾਬੇ ਦੇ ਸਾਹਮਣੇ ਖਲੋ ਕੇ ਮਸਲੇ ਬੜਾ ਤੈਨੂੰ ਦਾ ਸਵਾਦ ਆਉਂਦਾ, ਉੱਥੇ ਝੂਠ ਬੰਦੇ ਘੱਟ ਮਾਰਦੇ ਨੇ, ਮੈਂ ਕਿਹਾ ਕਿ ਬਲਾ ਇੱਥੇ ਸਾਰੇ ਚੁੰਮੀ ਜਾਂਦੇ ਨੇ, ਕਹਿਣ ਲੱਗਾ ਜੀ ਮੁਹੱਬਤ ਜੀ ਹੋਈ, ਤੇ ਮੈਂ ਇਸ ਪੱਥਰ ਨਾਲ ਕੀ ਮੁਹੱਬਤ ਹੋ ਗਈ, ਨਾ ਉਹ ਕੂੰਦਾ ਨਾ ਕਿਸੇ ਨੂੰ ਪਿਆਰ ਦਿੰਦਾ ਨਾ ਕਿਸੇ ਨੂੰ ਵਾਲੇਕੁਮ ਸਲਾਮ ਆਉਂਦਾ, ਇਹਦੇ ਨਾਲ ਮੁਹੱਬਤ ਕਿਵੇਂ ਹੋ ਗਈ ਹੈ। ਉਹ ਕਹਿਣ ਲੱਗਾ ਜੀ ਅਸਲ ਵਿੱਚ ਇਹਦੇ ਨਾਲ ਮੁਹੱਬਤ ਇਸ ਵਾਸਤੇ ਜ਼ਰੂਰੀ ਹੈ, ਇਹਨੂੰ ਦੋਵਾਂ ਜਾਨਾਂ ਦੇ ਰਸੂਲ ਨੇ ਚੁੰਮਿਆ ਸੀ। ਮੈਂ ਕਿਹਾ ਹੁਣ ਪਤਾ ਲੱਗਿਆ ਜਿਹਨੂੰ ਨਬੀ ਚੁੰਮੇ ਉਹਦੇ ਨਾਲ ਮੁਹੱਬਤ ਕਰਨੀ ਚਾਹੀਦੀ, ਤੇ ਫਿਰ ਕੁਰਾਨ ਤੇ ਹੱਥ ਰੱਖ ਕੇ ਇਸ ਪੱਥਰ ਨੂੰ ਮੁਹੰਮਦ ਬਹੁਤਾ ਚੁੰਮਿਆ ਕਿ ਹੁਸੈਨ ਇਬਨ ਅਲੀ ਨੂੰ ਬਹੁਤਾ। ਤਸਵੀਰ ਤੁਹਾਡੀ ਕਿਤੋਂ ਮਿਲ ਜਾਏਗੀ? ਫਰਮਾਇਆ ਨਹੀਂ, ਗੁਮਾਨ ਚ ਨਹੀਂ। ਤੂੰ ਮੈਂ ਕਿਹਾ ਖੈਰ ਕਾ ਮੁਹੱਬਤ ਕਿਵੇਂ ਕਰੇ? ਅੱਲਾਹ ਫਰਮਾਇਆ ਤੁਸੀਂ ਕਰਨ ਵਾਲੇ ਬਣੋ, ਮੈਂ ਆਪ ਕਰਨ ਲੱਗ ਪਾਂਗਾ ਤੁਹਾਡੇ। ਸੁਭਾਨ ਅੱਲਾਹ, ਬਹੁਤ ਸ਼ੁਕਰੀਆ ਜਬਰਾ। ਅੱਲਾਹ ਫਰਮਾਇਆ ਤੁਸੀਂ ਕਰਨ ਵਾਲੇ, ਨੀਯਤ ਕਰਨਾ ਤੁਹਾਡਾ ਕੰਮ, ਮੈਂ ਹਜੇ ਕਰ ਗਿਆ ਨਹੀਂ, ਕਰ ਗਿਆ ਹੋਗਾ, ਸ਼ੁਕਰੀਆ, ਮੈਂ ਕਰ ਗਿਆ, ਸਾਰੇ ਕਰ ਗਏ, ਦਿਲ ਨਾਲ ਸਾਡੀ ਨਹੀਂ, ਅਸੀਂ ਤੇਰੇ ਨਾਲ ਮੁਹੱਬਤ ਕਰਨਾ ਚਾਹੁੰਦੇ। ਅੱਲਾਹ ਫਰਮਾਉਂਦਾ ਮੇਰੇ ਹਬੀਬ ਜੀ ਕੁਲ ਇਨਸੇ ਕਹਿ ਦੇ, ਕਿਹਨਾਂ ਨੂੰ? ਆ ਜਿਹੜੇ ਮੇਰੇ ਨਾਲ ਮੁਹੱਬਤ ਕਰਨਾ ਚਾਹੁੰਦੇ ਨੇ,
ਇਹ ਮੈਨੂੰ ਲੱਭਣ ਨਾ ਤੁਰ ਪਿਆ ਜੇ, ਘਰੋਂ ਬਕਾਰ ਨਾ ਹੋ ਜਾਏ ਜੇ। ਖਬਰਦਾਰ, ਇਨ ਕੁਨ ਤੁਮ ਤੁਹਿਬੂਨ ਅੱਲਾਹ ਫਤਬਉਨੀ ਜ਼ਹਰਾ ਕਾ ਬਾਬਾ ਇਨ ਸੇ ਕਹਿ ਦੇ, ਉਸ ਸੇ ਮੁਹੱਬਤ ਚਾਹਤੇ ਹੋ ਤੋ ਮੇਰੀ ਪੈਰਵੀ ਕਰੋ। ਅੱਲਾ ਸੇ ਮੁਹੱਬਤ ਚਾਹਤੇ ਹੋ ਤੇ ਮੇਰੀ ਪੈਰਵੀ ਕਰੋ, ਮੇਰਾ ਇਤਬਾ ਕਰੋ, ਮੇਰੇ ਨਕਸ਼ੇ ਕਦਮ ਪਰ ਚਲੋ, ਫਿਰ ਤੁਮੇ ਅੱਲਾ ਢੂੰਢਣੇ ਕੀ ਜ਼ਰੂਰਤ ਨਹੀਂ। ਯਹਬਬੁਕੁਮ ਅੱਲਾ, ਅੱਲਾ ਤੁਮ ਸੇ ਖੁਦ ਮੁਹੱਬਤ, ਅੱਲਾ ਤੁਮ ਸੇ ਬੜਾ ਲੁਤਫ ਆਏਗਾ। ਜਿਹਦੇ ਨਾਲ ਮੁਹੱਬਤ ਕੀਤੀ ਜਾਏ ਉਹਨੂੰ ਮਹਿਬੂਬ ਬਣ। ਮੈਂ ਅੱਲਾ ਸੀ ਤੇ ਗੁਨਾਹਗਾਰ, ਅੱਲਾ ਫਰਮਾਇਆ ਵਯਗਫਿਰ ਲਕੁਮ ਜ਼ੁਨੂਬਕੁਮ, ਤੁਮਾਰੇ ਗੁਨਾਹ ਵੀ ਬਖਸ਼ ਦੋ। ਤੁਮ ਮੇਰੇ ਨਬੀ ਕੀ ਪੈਰਵੀ ਕਰੋ, ਮੈਂ ਤੁਮਾਰੇ ਗੁਨਾਹ ਵੀ ਬਖਸ਼ ਦੂੰਗਾ। ਔਰ ਵੱਲਾਹ ਗਫੂਰ ਰਹੀਮ, ਅੱਲਾ ਗਫੂਰ ਵੀ ਹੈ ਔਰ ਅੱਲਾ ਰਹੀਮ ਵੀ ਹੈ। ਜਿਹੜਾ ਬੰਦਾ ਸੋਤਾ ਹੈ ਉਹਦੇ ਨੂੰ ਕੋਈ ਬਖਸ਼ਿਆ ਜਾਏ ਨਾ ਬਖਸ਼ਿਆ ਜਾਏ, ਜਿਹੜਾ ਐਡੀ ਗਰਮੀ 'ਚ ਸੌਂ ਜਾਏ ਨਾ ਜੀ, ਉਹਦੇ ਮੁਤਲਕ ਮੈਂ ਕਦੀ ਕਦੀ ਸੋਚਣਾ ਕਿ ਕਿੰਨਾ ਤੂੰ ਖੁਸ਼ ਨਸੀਬ ਹੈ, ਤੇਰੇ ਵੱਲੋਂ ਸਾਰੇ ਗ੍ਰਿਡ ਉੱਡ ਜਾਣ, ਤੈਨੂੰ ਕੀ ਜਿਹੜਾ ਐਡੀ ਗਰਮੀ 'ਚ ਸੌਂ ਜਾਂਦਾ ਉਹਦੇ ਲਈ ਬਿਜਲੀ ਆਵੇ ਨਾ ਆਵੇ। ਜਿਹੜਾ ਮਜਲਿਸ 'ਚ ਸੌਂਦਾ ਨਾ, ਮੇਰਾ ਦਿਲ ਕਰਦਾ ਉਹਦਾ ਮੀਟਰ ਪੁਟਾ ਜਾਣਾ, ਆਖਾਂ ਕਿਸੇ ਹੋਰ ਨਾਲ ਲਾਓ, ਇਹ ਤਾਂ ਲੋੜ ਹੀ ਕੋਈ ਨਹੀਂ ਹੈ, ਤਾਂ ਐਡੀ ਗਰਮੀ ਸੌਂ ਜਾਂਦਾ। ਸਲਵਾਤ ਪੜੋ ਜ਼ਰਾ ਜਾ ਕੇ। ਸੁਭਾਨ, ਮਿਹਰਬਾਨ ਉਹ ਜਨਾਬੇ ਅਲੀ, ਅੱਲਾ ਫਰਮਾਉਂਦਾ ਮੇਰੇ ਮਹਿਬੂਬ ਦਾ ਇਤਬਾ ਕਰੋ ਤਾਂ ਮੈਂ ਤੁਹਾਡੇ ਨਾਲ ਮੁਹੱਬਤ ਕਰਾਂ। ਜਿਹਦੇ ਨਾਲ ਮੁਹੱਬਤ ਕੀਤੀ ਜਾਏ ਉਹਨੂੰ ਮਹਿਬੂਬ ਆ, ਅਤੇ ਜਿਹੜਾ ਕਰੇ ਮੁਹਿੱਬ, ਮਿਹਰਬਾਨ ਮੁਹਿੱਬ। ਇਹਦਾ ਮਤਲਬ ਜਦੋਂ ਅਸੀਂ ਨਬੀ ਦੀ ਪੈਰਵੀ 'ਚ ਆ ਜਾਵਾਂਗੇ ਤਾਂ ਮੁਹਿੱਬ ਕੌਣ ਬਣੇਗਾ? ਅੱਲਾਹ ਅਤੇ ਅਸੀਂ ਮਹਿਬੂਬ, ਮਹਿਬੂਬ। ਇੱਥੇ ਬੜਾ ਰੌਲਾ ਪਾਉਂਦੇ ਨੇ ਬੰਦੇ ਜਦੋਂ ਨਾਤਾਂ ਪੜ੍ਹਦੇ ਨੇ, ਮਹਿਬੂਬੇ ਖੁਦਾ, ਮਹਿਬੂਬੇ ਖੁਦਾ। ਅੱਲਾਹ ਦਿਆ ਬੰਦਿਆ, ਪੈਗੰਬਰ ਨੂੰ ਮਹਿਬੂਬੇ ਖੁਦਾ ਆਖਣਾ ਬਹੁਤ ਅੱਛੀ ਗੱਲ ਹੈ, ਲੇਕਿਨ ਇੱਕ ਤੈਨੂੰ ਦੱਸਾਂ, ਮਹਿਬੂਬੇ ਖੁਦਾ ਤਾਂ ਬੰਦਾ ਨਬੀ ਦੀ ਪੈਰਵੀ ਕਰਨ ਨਾਲ ਹੋਏ। ਸੁਭਾਨ, ਬਹੁਤ ਸ਼ੁਕਰੀਆ ਕਿਬਲਾ। ਪੈਗੰਬਰ ਦੀ ਪੈਰਵੀ ਕਰੀਏ ਤਾਂ ਅੱਲਾ ਫਰਮਾਉਂਦਾ ਮੈਂ ਮੁਹਿੱਬ ਹੋਵਾਂਗਾ ਤੇ ਤੁਸੀਂ ਮੇਰੇ ਮਹਿਬੂਬ ਬਣ ਜਾਓਗੇ। ਬੜਾ ਵੱਡਾ ਜੀ ਉਹ ਬੰਦਾ ਹੈ ਜਿਹੜਾ ਮੁਹਿੱਬ ਵੀ ਹੋਵੇ ਅੱਲਾ ਦਾ, ਬਈ ਮਹਿਬੂਬ ਵੀ ਹੋਵੇ ਅੱਲਾ ਦਾ। ਮੁਹਿੱਬ ਕਿਵੇਂ ਬਣਦਾ ਹੈ ਅੱਲਾ ਦਾ? ਨਬੀ ਦੀ ਪੈਰਵੀ ਕਰਕੇ। ਕਿੰਨੀ ਪੈਰਵੀ ਕਰੇ ਤੇ ਅੱਲਾ ਮਹਿਬੂਬ ਬਣਾ ਲੈਂਦਾ। ਆਖੋ ਤੇ ਮੈਂ ਫਾਰ ਐਗਜ਼ਾਮਪਲ ਦਾ ਮੈਂ ਆਉਂਦੇ ਜੀ, ਫਾਰ ਐਗਜ਼ਾਮਪਲ ਦਾ ਕੀ ਮਤਲਬ? ਮਿਸਾਲ ਦੇ ਤੌਰ ਪਰ, ਮਿਸਾਲ ਦੇ ਤੌਰ 'ਤੇ ਇੱਕ ਬਿਆਨ ਕਰਾਂ ਮੈਂ ਕੁਰਾਨ 'ਚੋਂ, ਜਿਹਨੇ ਨਬੀ ਦੀ ਪੈਰਵੀ ਕਰਕੇ ਇੰਜ ਨਬੀ ਦੀ ਪੈਰਵੀ ਕੀਤੀ ਹੈ ਕਿ ਅੱਲਾ ਉਹਨੂੰ ਆਪਣਾ ਮਹਿਬੂਬ ਬਣਾ ਲਿਆ। ਬੜਾ, ਹਾਂ ਹੁਣ ਜਾਗਿਆ ਉਹ ਬੰਦਾ ਜਿਹੜਾ ਸੁੱਤਾ ਸੀ, ਹੁਣ ਪੜ੍ਹਨ ਲੱਗਾ, ਬੜੇ ਟਾਈਮ ਨਾਲ ਜਾਗਿਆ। ਅੱਲਾ ਫਰਮਾਉਂਦਾ ਯਾ ਸੂਰਾ ਏ ਮੁਬਾਰਕਾ ਐ ਜਨਾਬ ਅਲ ਮਾਇਦਾ, ਔਰ ਆਇਤ ਦਾ ਨੰਬਰ ਮੇਰੇ ਅਜ਼ੀਜ਼ੋ 54। ਖਾਲਿਕ ਫਰਮਾਉਂਦਾ ਯਾ ਅਯੂਹਲ ਲਜ਼ੀਨਾ ਆਮਨੂ ਮਨ ਯਰਤੱਦਾ ਮਿਨਕੁਮ ਅਨ ਦੀਨਿਹੀ ਫਸੌਫਾ ਯਾਤੀ ਅੱਲਾਹੁ ਬਿਕੌਮਿਨ ਯੁਹਿੱਬੁਹੁਮ ਵਯੁਹਿੱਬੂਨਹੂ। ਮੇਰੇ ਦੀਨ ਕੋ ਕਬੂਲ ਕਰ ਲੋ, ਅਗਰ ਤੁਮ ਦੀਨ ਮੇਰਾ ਛੋੜ ਵੀ ਜਾਓਗੇ ਨਾ ਤੋ ਮੈਂ ਐਸੀ ਕੌਮ ਲੈ ਆਊਂਗਾ ਜਿਨਸੇ ਮੈਂ ਮੁਹੱਬਤ ਕਰਦਾ ਹੋਊਂਗਾ। ਵੋ ਮੁਸਲਮਾਨ, ਮੇਰੇ ਦੀਨ ਨੂੰ ਕਬੂਲ ਕਰ ਲਓ, ਵਰਨਾ ਮੇਰੇ ਕੋਲ ਐਸੇ ਬੰਦੇ ਵੀ ਹੈ ਜੇ ਯੁਹਿੱਬੁਹੁਮ, ਅੱਲਾ ਉਨਸੇ ਮੁਹੱਬਤ ਕਰਤਾ ਹੈ, ਵੋ ਯੁਹਿੱਬੂਨਹੂ ਔਰ ਵੋ। ਅੱਛਾ, ਵੈਸੇ ਬੰਦਾ ਬੜਾ ਹੈ ਜਿਹੜਾ ਅੱਲਾ ਨਾਲ ਮੁਹੱਬਤ ਵੀ ਕਰਦਾ ਹੋਵੇ ਅਤੇ ਅੱਲਾ ਫੇਰ ਰੱਖ ਸਦਕੇ, ਤੁਹਾਨੂੰ ਚੇਤਾ ਹੁਣ ਤੂੰ ਸਦਕੇ, ਜਿਹਨੂੰ ਚੇਤਾ ਆ ਗਿਆ ਮੈਂ ਸਲਾਮ ਪੇਸ਼ ਪਿਆ ਕਰਨਾ, ਸਦਕੇ ਜਾਵਾਂ।
ਸਦਕੇ ਜਾਵਾ ਨਹੀਂ ਚੇਤਾ ਆਇਆ ਤੇ ਮੈਂ ਕਰਾ ਦੇਣਾ, ਜਿਹਨਾਂ ਨੂੰ ਆਇਆ ਉਹਨਾਂ ਨਾਰਾ ਲਾਤਾ ਹੈ ਤੇ ਨਾਰਾ ਵੀ ਉਹਦਾ ਹੀ ਲਾ ਦਿੱਤਾ ਨੇ। ਖੁਦਾ ਦੀ ਮੈਨੂੰ ਕਸਮ ਹੈ, ਜਿਹੜਾ ਨਬੀ ਦੀ ਪੈਰਵੀ ਇੰਜ ਕਰਦਾ ਨਾ ਅੱਲਾ ਉਹਦੇ ਨਾਲ ਮੁਹੱਬਤ ਕਰਦਾ, ਕਦੀ ਉਹ ਮੁਹੱਬੇ ਖੁਦ ਅੱਲਾ ਉਹਦੇ ਨਾਲ ਮੁਹੱਬਤ ਕਰਦਾ, ਕਦੀ ਉਹ ਮੁਹੱਬੇ ਖੁਦਾ ਹੁੰਦਾ, ਕਦੀ ਉਹ ਮਹਿਬੂਬੇ ਖੁਦਾ ਹੁੰਦਾ। ਕੁਰਾਨ ਤੇ ਮੇਰੇ ਹੱਥ ਨਹੀਂ, ਨਬੀ ਨੇ ਉਤਾਰ ਗੱਲ ਪਹੁੰਚੀ ਬੰਦੇ ਤੋਂ। ਤੁਹਾਨੂੰ ਪਤਾ ਜ਼ਾਕਰ ਕਦੀ ਆਵਾਜ਼ ਤੋਂ ਰੱਜੇ ਨੇ, ਜਿੰਨੀ ਵੀ ਕਿਸੇ ਖੋਲੀ ਹੈ ਨਾ ਉਹਨਾਂ ਖਾ ਵਧਾਈ ਬੱਚਿਆਂ ਵਾਲਾ, ਜਿਹੜਾ ਰੱਜੇ ਨਾ ਉਹਨੂੰ ਜ਼ਾਕਰ ਬੰਦੇ ਬਹਿ ਕੇ ਦਾਤ ਦਿੰਦੇ ਨੇ, ਆਹ ਆਹ ਸੁਭਾਨ ਅੱਲਾਹ ਆਂਦੇ ਨੇ ਅਜੇ ਨੇ, ਫਿਰ ਬੰਦੇ ਉੱਠ ਪਏ। ਜਦੋਂ ਸਾਰਾ ਮਜਮਾ ਉੱਠ ਕੇ ਖਲੋ ਕੇ ਆਉਂਦਾ ਆਹ ਆਹ ਸੁਭਾਨ ਅੱਲਾਹ, ਫਿਰ ਆਉਂਦਾ ਨਹੀਂ ਅਜੇ ਫਰਿਸ਼ਤੇ ਵੀ ਆ ਕੇ ਦੇਣ ਨਾ ਤੇ ਦਾਤ ਥੋੜ੍ਹੀ, ਜਿਹੜਾ ਫਰਿਸ਼ਤਿਆਂ ਨਾਲ ਨਹੀਂ ਰੱਜਦਾ ਤੁਹਾਡੇ ਕੋਲ ਰੱਜਦਾ। ਆਵਾਜ਼ ਥੋੜ੍ਹੀ ਲੱਗ ਮੇਰੇ ਪਾਸ ਤੁਹਾਰੇ ਬਾਪ ਇੱਕ ਵਾ ਅਬਨਾ ਪਾਸ ਤੁਹਾਰੇ ਬਾਪ ਇੱਕ ਵਾ ਅਬਨਾ ਉਕਮ ਫਿਰ ਤੁਹਾਰੇ ਬੇਟੇ ਵਾ ਇਖਵਾਨ ਉਕਮ ਫਿਰ ਤੁਹਾਰੇ ਭਾਈ। ਗਿਣਦੇ ਜਾਇਜ ਪਹਿਲੇ ਤੁਹਾਡੇ ਬਾਪ ਫਿਰ ਬੇਟੇ ਵਾ ਇਖਵਾਨ ਉਕਮ ਫਿਰ ਤੁਹਾਡੇ ਭਾਈ ਵਾ ਅਜ਼ਵਾਜ ਉਕਮ ਔਰ ਤੁਹਾਰੀ ਬੀਵੀਆਂ ਵਾ ਵਾ ਸ਼ੀਰਤ ਉਕਮ ਔਰ ਤੁਹਾਰੇ ਕਬੀਲੇ ਵਾਲੇ ਖਾਨਦਾਨ ਵਾਲੇ ਵਾ ਅਮਵਾਲ ਔਰ ਤੁਹਾਰੇ ਮਾਲ ਨਿਫ ਤਰਫ ਤੂੰ ਮੂਹਾ ਵ ਤਿਜਾਰਤੁਨ ਤਖਸ਼ੋ ਨਾ ਕਸਾਦਹਾ ਔਰ ਵੋ ਮਾਲ ਜੋ ਆਪਨੇ ਕਿਸੀ ਕਾਮ ਮੇ ਲਗਾ ਰੱਖਾ ਹੈ ਔਰ ਤੁਮੇ ਖਤਰਾ ਹੈ ਕਿ ਕਹੀਂ ਘਾਟਾ ਨਾ ਪੜ ਜਾਏ ਉਸ ਸੇ ਵੀ ਤੁਮ ਬਹੁਤ ਮੁਹੱਬਤ ਰੱਖਦੇ ਹੋ ਇੱਕ ਉਹ ਅੱਗੇ ਅੱਲਾ ਫਰਮਾਉਂਦਾ ਵਾ ਮਸਾਕੀਨੋ ਔਰ ਜੇ ਤੁਹਾਰੇ ਘਰ ਹੈ ਇਨਸੇ ਵੀ ਤੁਮ ਬਹੁਤ ਮੁਹੱਬਤ ਕਰਦੇ ਹੋ। ਅੱਲਾ ਫਰਮਾਉਂਦਾ ਅੱਗੇ ਖਾਲਿਕ ਫਰਮਾਉਂਦੇ ਨੇ ਸੱਤ ਗਿਣ ਲਓ ਤੁਹਾਡੇ ਪਿਓ ਤੁਹਾਡੇ ਬੇਟੇ ਤੁਹਾਡੇ ਭਰਾ ਤੁਹਾਡੀਆਂ ਬੀਵੀਆਂ ਤੁਹਾਡੇ ਅਜ਼ੀਜ਼ ਰਿਸ਼ਤੇਦਾਰ ਵਾ ਅਮਵਾਲੂ ਮਾਂ ਰਿਸ਼ਤੇਦਾਰ ਚ ਆ ਜਾਂਦੀ ਤੁਹਾਡੀਆਂ ਮਾਵਾਂ ਸਣੇ ਰਿਸ਼ਤੇਦਾਰ ਅਮਵਾਲੂ ਤੁਹਾਡੇ ਮਾਲ ਤੁਹਾਡੇ ਮਾਲ ਨਾਲ ਮੁਹੱਬਤ ਹੈ ਤੇ ਜਿਹੜਾ ਕਿਧਰੇ ਲਾਇਆ ਜੇ ਮਾਲ ਜਿੱਥੇ ਤੁਹਾਨੂੰ ਖਤਰਾ ਕਿਤੇ ਘਾਟਾ ਨਾ ਪੈ ਜਾਏ ਇੱਥੋਂ ਤੱਕ ਬਰੀਕੀ ਨਾਲ ਲਾ ਗਿਆ ਉਹਦੇ ਨਾਲ ਤੁਹਾਨੂੰ ਬਹੁਤ ਮੁਹੱਬਤ ਹੁੰਦੀ ਹੈ ਤੇ ਆਖਰ ਤੇ ਅੱਲਾ ਫਰਮਾਉਂਦਾ ਹੈ ਮਸਾਕੀ ਨੂੰ ਤੇ ਇਹ ਤੁਹਾਡੇ ਘਰ ਤੁਹਾਨੂੰ ਬੜੀ ਮੁਹੱਬਤ ਹੈ ਨਾ ਅਹੱਬ ਅਲੈਕੁਮ ਮਿਨ ਅੱਲਾਹੀ ਵਰ ਰਸੂਲਹੀ ਅਗਰ ਰਸੂਲ ਔਰ ਅੱਲਾ ਸੇ ਇਨ ਸੇ ਜ਼ਿਆਦਾ ਮੁਹੱਬਤ ਨਾ ਕਰੋਗੇ ਤੋ ਫਾਸਿਕ ਹੋ ਕੇ ਮਰ ਜਾਓ। ਇਹਦਾ ਮਤਲਬ ਹੈ ਜੀ ਪੰਜਾਬੀ ਇਹ ਬਣਦੀ ਹੈ ਨਬੀ ਦੀ ਮੁਹੱਬਤ ਚ ਅੱਬਾ ਛੱਡਣਾ ਪਿਆ ਤੇ ਛੱਡ ਦੇ। ਹੁਣ ਬੰਦੇ ਪੈ ਬਹਿੰਦੇ ਨੇ ਵੀ ਅੱਬਾ ਕਿਉਂ ਛੱਡਣਾ ਹੈ, ਅਸਲ ਚ ਤੁਹਾਨੂੰ ਤਜਰਬਾ ਨਹੀਂ ਨਾ ਅੱਬਾ ਛੱਡਣ ਦਾ ਹੋਇਆ, ਬੜੇ ਜਿਹਾ ਸੁਹਾਬਾ ਅੱਬਾ ਛੱਡ ਕੇ ਨਬੀ ਦੀ ਬਾਰਗਾਹ ਚ ਆਇਆ। ਸੁਭਾਨ ਅੱਲਾਹ, ਮੈਂ ਗਲਤ ਗੱਲ ਨਹੀਂ ਕਰ ਰਿਹਾ, ਮੈਂ ਤਾਰੀਖ ਚੋਂ ਐਸੇ ਸਹਾਬਾ ਸਾਬਤ ਕਰ ਸਕਦਾ ਜਿਨ੍ਹਾਂ ਨੂੰ ਪਿਓਾਂ ਨੇ ਸੰਗਲਾਂ ਨਾਲ ਬੰਨ ਛੱਡਿਆ ਸੀ ਕਿ ਕਲਮਾ ਛੱਡ। ਉਹ ਆਂਦਾ ਸੀ ਅੱਬਾ ਜਦੋਂ ਮੈਂ ਛੱਡਿਆ ਤੈਨੂੰ ਛੱਡਣਾ, ਕਲਮਾ ਕਿੱਥੇ ਮੈਂ ਮੁਸਤਫਾ ਦਾ ਛੱਡਣਾ। ਅੱਬਾ ਆਂਦਾ ਸੀ ਉਹ ਮੇਰੇ ਨਾਲ ਤੈਨੂੰ ਮੁਹੱਬਤ ਨਹੀਂ, ਉਹ ਆਂਦਾ ਸੀ ਅੱਬਾ ਤੇਰੇ ਨਾਲ ਬੜੀ ਮੁਹੱਬਤ ਹੈ ਪਰ ਅੱਲਾ ਆਂਦਾ ਅੱਬੇ ਤੋਂ ਬਹੁਤੀ ਕਰੇਗਾ ਤੈਨੂੰ।
ਇਹਦਾ ਮਤਲਬ ਸਭ ਸ਼ੁਕਰੀਆ ਕਿਵੇਂ? ਜਿਹੜਾ ਸੁਹੈਲ ਨਾਂ ਦਾ ਕਾਫਿਰ ਸੁਲਾਹ ਉਦੈਬੀਆ ਪਹਿਲੇ ਲਿਖਦਾ ਸੀ ਨਾ, ਉਹਦਾ ਮੁੰਡਾ ਵੀ ਬੱਧਾ ਛੁੱਟ ਕੇ ਆਇਆ ਸੀ ਸੁਲਾਹ ਉਦੈਬੀਆ ਦੇ ਵਿੱਚ। ਇਹਦਾ ਮਤਲਬ ਹੈ ਅੱਲਾਹ ਫਰਮਾਉਂਦਾ ਅੱਬੇ ਛੱਡਣੇ ਪੈਣ ਤੇ ਛੱਡ ਦੇ ਨਬੀ ਦੀ ਮੁਹੱਬਤ ਚ, ਉਂਝ ਹੀ ਨਹੀਂ ਛੱਡ ਛੱਡਣੇ ਖੁਦਾ ਦਾ ਨਾਂ ਜੀ, ਅੱਬੇ ਛੱਡਣੇ ਪੈਣ। ਮੈਂ ਸਾਬਤ ਕਰ ਦਿੱਤਾ ਸਹਾਬਾ ਇਕਰਾਮ ਅੱਬਿਆਂ ਨਾਲ ਲੜ ਕੇ ਕਲਮਾ ਪੜੇ। ਅੱਬੇ ਆਉਂਦੇ ਸਨ ਬੁੱਤਪ੍ਰਸਤੀ ਕਰ, ਆਉਂਦਾ ਸੀ ਅੱਬਾ ਖਿਦਮਤ ਕਰਾਂਗਾ, ਦਵਾਈ ਲਿਆ ਕੇ ਦਿਆਂਗਾ, ਘੁੱਟ ਦਿਆਂਗਾ, ਖਾਣਾ ਪੇਸ਼ ਕਰਾਂਗਾ, ਪੂਰੀ ਖਿਦਮਤ ਕਰਾਂਗਾ, ਤੇ ਜੇ ਤੂੰ ਆਖਿਆ ਨਾ ਮੁਹੰਮਦ ਨੂੰ ਛੱਡ ਦੇ, ਉਹ ਮੈਂ ਕੋਈ ਨਹੀਂ ਛੱਡਣਾ, ਇੱਥੇ ਮੇਰੀ ਮੁਹੱਬਤ ਤੇਰੇ ਨਾਲ ਕੋਈ। ਇਹ ਜਿਹੜੇ ਅੱਬਿਆਂ ਨਾਲ ਲੜ ਕੇ ਇਸਲਾਮ ਵਿੱਚ ਆਏ ਨੇ ਨਾ, ਉਹ ਬੰਦੇ ਹੋਰ ਨੇ, ਤੇ ਜਿਹੜਾ ਅੱਬਾ ਆਉਂਦਾ ਸੀ ਨਾ ਮੈਂ ਤੇਰੇ ਮਗਰ ਆ, ਉਹ ਬੰਦਾ ਹੋਰ ਹੈ। ਸ਼ਾਬਾਸ਼, ਬਹੁਤ ਸ਼ੁਕਰੀਆ। ਅੱਧੀ ਮਜਲਿਸ ਮੁਕੰਮਲ ਹੋ ਗਈ ਹੈ ਤੇ ਬਾਕੀ ਜਿਹੜਾ ਟਾਈਮ ਹੈ ਨਾ ਉਹ ਤੁਹਾਨੂੰ ਮੈਂ ਅੱਜ ਇੱਕ ਤੋਹਫਾ ਵੱਖਰਾ ਦੇਣ ਲੱਗਾ। ਇਹ ਅਹਿਲੇ ਸੁਨਤ ਫਿਰ ਨਬੀ ਨਾਲ ਮੁਹੱਬਤ ਕਰ। ਮੈਂ ਤੁਹਾਨੂੰ ਗੱਲ ਦੱਸਾਂ, ਸੁਲਾਹ ਉਦੈਬੀਆ ਤੋਂ ਜਿਹੜਾ ਇਕੱਲਿਆ ਸੀ ਨਾ ਬੰਦਾ ਕਾਫਰਾਂ ਨੂੰ ਨੁਮਾਇੰਦਾ ਨਬੀ ਪਾਕ ਨਾਲ, ਉਹ ਜਾ ਕੇ ਪਿਛਾਂ ਕਹਿਣ ਲੱਗਾ ਵੀ ਸਾਡੇ ਬੰਦੇ ਆਏ ਜਿਹੜਾ ਨਬੀ ਨਾਲ, ਇਹਨਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ, ਇਹਨਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਉਹਨਾਂ ਆਖਿਆ ਥੋੜ੍ਹਾ ਜਿਹਾ ਬੰਦੇ ਨੇ 1400-1500 ਬੰਦਾ, ਉਹ ਸਾਖਿਆ 100 ਵੀ ਹੋਇਆ ਨਾ ਤੇ ਬੰਦੇ ਖਤਰਨਾਕ ਜੇ। ਉਹਨੇ ਆਪਣੇ ਨੂੰ ਆਖਿਆ ਖਤਰਨਾਕ ਨਹੀਂ ਸਰ ਉਹਨਾਂ ਵਾਸਤੇ ਖਤਰ, ਉਹਨੇ ਕਿਵੇਂ? ਉਹ ਸਾਖਿਆ ਉਹ ਮੁਹੰਮਦ ਇਬਨ ਅਬਦੁੱਲਾ ਨਾਲ ਮੁਹੱਬਤ ਬਹੁਤ ਕਰ। ਤੁਹਾਡੀ ਕਿਆ ਬਾਤ, ਮੁਹੰਮਦ ਇਬਨ ਅਬਦੁੱਲਾ ਸਰਕਾਰ ਨਾਲ ਮੁਹੱਬਤ ਬਹੁਤ ਕਰਦੇ ਨੇ। ਉਹਨੇ ਆਖਿਆ ਕਿਵੇਂ? ਉਹ ਸਾਖਿਆ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਉਹ ਵੁਜ਼ੂ ਕਰਦਾ ਨਾ, ਵੁਜ਼ੂ ਉਹਦਾ ਪਾਣੀ ਥੱਲੇ ਨਹੀਂ ਡਿੱਗਣ ਦਿੰਦੇ, ਉਹ ਲੈ ਕੇ ਮੂੰਹ ਤੇ ਮਲ। ਖੁਦਾ ਦੀ ਮੈਨੂੰ ਕਸਮ, ਉਸ ਆਖਿਆ ਲੈ ਵੀ ਇੱਧਰ ਅੱਗੇ ਇੱਧਰ ਸੁੱਤਾ ਸੀ ਉੱਧਰ ਸੌ ਸਲਵਾਤ ਪੜ, ਉਹਨਾਂ ਦਿਲੋਂ ਮਜਲਿਸ ਸਾਂਭੀ ਰੱਖੀ, ਇੱਧਰ ਮੈਂ ਸੌਣਾ ਤੇ ਉੱਧਰ ਤੂੰ ਸੌਣ ਤਾਂ ਕਿ ਮਜਲਿਸ ਸਾਂਝ ਨਾ ਹੋ ਜਾਵੇ। ਮੈਂ ਆਪਣੇ ਦਾਦੇ ਨਾਲ ਜਾਂਦਾ ਹੁੰਦਾ ਸਾਂ ਮਸਜਿਦ 'ਚ ਜੁਮਾ ਪੜਨ, ਉੱਥੇ ਮੈਂ ਬੜਾ ਮੋਜ ਦੱਸ ਰਹਿੰਦਾ ਸਾਂ, ਹੁਣ ਤੂੰ ਮਾਹੌਲ ਨਹੀਂ, ਉਦੋਂ ਥੱਲੇ ਪਰਾਲੀ ਪਾਈ ਹੁੰਦੀ ਸੀ ਕੁੱਟਣ ਮਸੀਤਾਂ 'ਚ, ਤੁਹਾਨੂੰ ਪਤਾ ਉਹ ਸਜਦਾ ਅੱਖਾਂ ਬਚਾ ਕੇ ਕਰਨਾ ਪੈਂਦਾ ਸੀ, ਇੰਨਾ ਇੰਨਾ ਤੇ ਕੁੱਟੜ ਪਾਇਆ ਹੁੰਦਾ ਸੀ ਉਸ ਮੁਸੀਬਤਾਂ ਨੂੰ, ਉੱਥੇ ਸਜਦਾ ਕਰਨ। ਉੱਥੇ ਮੈਂ ਬਾਬੇ ਵੇਖੇ ਸਨ ਜਿੱਥੇ ਇੱਥੇ ਮੋਮਨ ਪਵੇ ਨਵੇਂ, ਉਹ ਬੈਠੇ ਵੀ ਹੁੰਦੇ ਸਨ, ਸੁੱਤੇ ਵੀ ਹੁੰਦੇ, ਪੱਖਾ ਵੀ ਚੱਲਦੀ, ਮੈਨੂੰ ਉਹ ਮੋਜ ਦੀ ਸਮਝ ਨਹੀਂ ਸੀ ਆਉਂਦੀ ਵੀ ਜੇ ਸੁੱਤਾ ਹੈ ਤੇ ਪੱਖਾ ਕਿਵੇਂ ਚੱਲਦਾ, ਪਤਾ ਨਹੀਂ ਹੋਊ। ਇਹ ਮੈਂ ਅੱਖਾਂ ਨਾਲ ਵੇਖ ਇੱਥੇ ਸ਼ੁਰੂ ਹੋਣਾ, ਸੁਭਾਨ ਜਦੋਂ ਪੱਖੇ ਦੀ ਡੰਡੀ ਲਓ, ਜਦੋਂ ਪੱਖੇ ਦੀ ਡੰਡੀ ਨੱਕ ਨੂੰ ਵੱਜਣੀ ਨਾ ਉਹਨਾਂ ਉੱਠ ਜਾਣਾ ਨਾਰਾ ਤਕਬੀਰ। ਹੁਣ ਇੱਧਰ ਵਾਲੇ ਵੀ ਜਾਗਦੇ ਨੇ, ਹੁਣ ਸੁਣਾਓ ਜੀ, ਮਿਹਰਬਾਨੀ ਮੈਂ ਜਾਗਦਿਆਂ ਵਾਸਤੇ ਆਇਆ ਜੀ, ਅਸਲ ਗੱਲ ਇਵੇਂ ਪਤੋ ਕਿ ਮੈਂ ਗਿਆ ਉੱਥੇ, ਕਈ ਵਾਰੀ ਮੈਂ ਇਸ ਗੱਲ ਸੁਣਾਈ, ਉੱਥੇ ਬੰਦੇ ਸੌਂਦੇ ਬਹੁਤ ਸਨ, ਮੈਂ ਬਾਨੀ ਨੂੰ ਆਖਿਆ ਇੰਨਾ ਇੰਤਜ਼ਾਮ ਕੀਤਾ ਜੀ 5-7 ਮੰਜੀਆਂ ਹੀ ਡਾ ਛੱਡ ਉੱਥੇ, ਆਖਿਰ ਤੇ ਸਾਣੇ ਰੱਖ ਛੱਡ ਤਾਂ 8-9 ਬੰਦੇ ਸੌਂ ਜਾਣ, ਚਲੋ ਮੌਲਾ ਦੇ ਜ਼ਿਕਰ ਹੀ ਸੁੱਤੇ ਹੋਣਗੇ ਸਵਾਬ ਹੀ ਹੋਵੇਗਾ ਨਾ, ਮਿਹਰਬਾਨੀ ਉਹ ਵੀ ਜਾਗ ਗਿਆ ਨਹੀਂ ਇੱਧਰ ਵਾਲੇ ਤਵਜੋ ਹੈ। ਮੈਂ ਅਰਜ਼ ਕਰ ਰਿਹਾ ਸਾਂ ਖੋਰੇ, ਕੀ ਅਰਜ਼ ਕਰ ਰਿਹਾ ਹੈ? ਮੁਹੱਬਤ
ਆਹ ਸਰਕਾਰ ਸ਼ੁਕਰੀਆ, ਪਾਣੀ ਵੁਜ਼ੂ ਕਰਦੇ ਨੇ ਨਬੀ ਤੇ ਥੱਲੇ ਉਹ ਪਾਣੀ ਲੈ ਕੇ ਮੂੰਹ ਤੇ ਮਲਦੇ। ਉਹ ਆਖਣਗਾ ਇੱਕ ਹੋਰ ਤੁਹਾਨੂੰ ਦੱਸਾਂ, ਸਭ ਤੋਂ ਕਰਾਹਤ ਵਾਲੀ ਚੀਜ਼ ਲੁਆਬੇ ਦਹਨ ਹੁੰਦੀ ਹੈ ਕਿ ਅਗਰ ਕੋਈ ਬੰਦਾ ਥੁੱਕ ਦਿੰਦਾ ਤੇ ਬੰਦੇ ਵੇਖ ਕੇ ਥੁੱਕਦੇ ਨੇ, ਕਿਸੇ ਬੰਦੇ ਤੇ ਨਾ ਡਿੱਗੇ। ਉਹ ਆਂਦਾ ਮੈਂ ਅੱਖਾਂ ਨਾਲ ਵੇਖਿਆ ਉਹ ਲੁਆਬੇ ਦਹਨ ਸੁੱਟਦੇ ਨੇ ਤੇ ਬੰਦੇ ਅੱਗੋਂ ਲੈ ਕੇ ਨਾ ਤੇ ਦਾੜੀ ਤੇ ਮਲ ਲੈਂਦੇ। ਯਾਰ ਲੋਕ ਆਂਦੇ ਵਾਹ ਮੁਹੱਬਤ ਕਰਨ ਵਾਲੇ ਹੋ, ਜਿਹੜਾ ਨਬੀ ਥੁੱਕੇ ਤੇ ਅੱਗੋਂ ਲੈ ਕੇ ਦਾੜੀ ਤੇ ਮਲ ਪਏ ਉਹਦੀ ਸ਼ਾਨ ਹੈ, ਤੇ ਜਿਹਨੂੰ ਉਹ ਮੁਹੰਮਦ ਜ਼ੁਬਾਨ ਤੇ ਸਾਇਆ ਦੀ ਕੋਈ ਸ਼ਾਨ। ਲਓ ਜਨਾਬ ਸਰਦੀ ਸਾਹਿਬ ਆ ਗਏ, ਅੰਦਰ ਬੈਠੇ ਸਰਦੀ ਸਾਹਿਬ ਆ ਗਏ। ਬਿਸਮਿਲ੍ਲਾ, ਹੁਣ ਮੇਰੇ ਨਾਲ ਰਲੋ ਤੇ ਜ਼ਰਾ ਇਮਾਨਦਾਰੀ ਨਾਲ, ਮਿਹਰਬਾਨੀ ਅੱਲਾਹ ਅਹਿਲੇ ਸੁਨਤ ਨਬੀ ਨਾਲ ਮੁਹੱਬਤ ਕਰਦੇ। ਚਲੋ ਉਹ ਕੀ ਕਰਦੇ ਸ਼ੀਆ ਅਹਿਲੇ ਹਦੀਸ, ਬਲਕਿ ਉਹ ਤੇ ਸਾਨੂੰ ਆਉਂਦੇ ਨੇ ਅਸੀਂ ਕਰਨੇ ਆ, ਤੁਸੀਂ ਤੇ ਹੈ ਹੀ ਯਜ਼ੀਦੀ। ਉਹ ਮੁਹੱਬਤ ਦਾ ਦਾਵਾ ਬਹੁਤਾ ਕਰਦੇ, ਅਸੀਂ ਆਉਂਦੇ ਹਾਂ ਅਸੀਂ ਮੁਹੱਬਤ ਕਰਨੇ ਆ, ਉਹ ਆਉਂਦੇ ਨੇ ਅਸੀਂ ਬਹੁਤੀ ਕਰਨੇ ਆ, ਉਹ ਆਉਂਦੇ ਨੇ ਅਸੀਂ ਬਹੁਤੀ ਕਰਨੇ ਆ। ਅਹਿਲੇ ਹਦੀਸ ਆਉਂਦੇ ਨੇ ਤੁਹਾਨੂੰ ਪਤਾ ਹੀ ਕੋਈ ਨਹੀਂ ਕਿਵੇਂ ਮੁਹੱਬਤ ਕਰਦੀ, ਉਹ ਸਿਰਫ ਅਸੀਂ ਕਰਨ। ਜੋ ਬੰਦੀ ਆਉਂਦੇ ਨੇ ਤੁਸੀਂ ਕਦੀ ਕੋਈ ਬੰਦਾ ਮਾਰਿਆ ਨਬੀ ਦੀ ਮੁਹੱਬਤ 'ਚ, ਅਸਾਂ ਤੇ ਮਸੀਤਾਂ ਦੀਆਂ ਮਸੀਤਾਂ ਮਾਰ ਛੜੀਆਂ ਸਾਰੇ ਮੁਹੱਬਤ। ਕੁਰਾਨ ਖੋਲ ਕੇ ਸਾਹਮਣੇ ਰੱਖਣਾ ਅੱਜ ਦੀ ਇਸ ਮਜਲਿਸ 'ਚ, ਉਹ ਬੰਦੇ ਦੱਸਣ ਲੱਗਾ ਜਿਹਦੇ ਜਿਹੜੇ ਸਾਰੇ ਮੈਂ ਗਿਣ ਲੈਣੇ, ਜਿਹੜੇ ਨਬੀ ਨਾਲ ਮੁਹੱਬਤ ਕਰਦੇ, ਇੱਕ ਹੱਥ 'ਚ ਕੁਰਾਨ ਤੇ ਇੱਕ ਹੱਥ 'ਚ ਨਬੀ ਪਾਕ ਦਾ ਫਰਮਾਨ। ਅੱਜ ਮੈਂ ਅੱਲੂ ਹੈ, ਇੱਕ ਹੱਥ 'ਚ ਕੁਰਾਨ ਇੱਕ ਹੱਥ 'ਚ ਨਬੀ ਦਾ ਫਰਮਾਨ ਤੇ ਅੱਲੂ ਮੁਲਤਾਨ। ਤੇ ਸਾਹਮਣੇ ਸਾਰੇ ਸ਼ੀਆ ਸੁਣੀ ਅਹਿਲੇ ਈਮਾਨ, ਅਹਿਲੇ ਈਮਾਨ ਯਾਨੀ ਗੋਇਆ ਇੱਕ ਹੱਥ 'ਚ ਨਬੀ ਦਾ ਅੱਲਾਹ ਦਾ ਕੁਰਾਨ, ਇੱਕ ਹੱਥ 'ਚ ਪੈਗੰਬਰ ਦਾ ਫਰਮਾਨ, ਤੇ ਅੱਗੇ ਬੈਠੇ ਨੇ ਸਾਹਿਬ ਈਮਾਨ। ਤੇ ਚੌਥੀ ਗੱਲ ਮੈਂ ਕਿਹੜੀ ਕੀਤੀ, ਤੇ ਇਹ ਅੱਲੂ ਮੁਲਤਾਨ ਕੁਰਾਨ ਮੇਰੇ ਹੱਥ 'ਚ ਹੀ, ਜਿਹੜੇ ਆਉਂਦੇ ਨੇ ਚੁੱਕ ਕੁਰਾਨ ਚੁੱਕ ਕੁਰਾਨ, ਫਿਰ ਮੈਂ ਚੁੱਕ ਗਿਆ। ਇਤਬਾਰ ਕਰਨਾ ਤੇਰਾ ਕੰਮ ਹੈ, ਪੂਰੀ ਦੁਨੀਆ ਦੇ ਮੁਸਲਮਾਨ ਨਬੀ ਨਾਲ ਮੁਹੱਬਤ ਕਰਦੇ ਨੇ। ਅੱਜ ਮੈਂ ਇਸ ਪਿੰਡ 'ਚ ਉਹ ਦੱਸਣ ਲੱਗਾ ਜਿਨ੍ਹਾਂ ਦੇ ਮੁਤਲਕ ਅੱਲਾ ਨੇ ਮੁਹੰਮਦ ਨੂੰ ਹੁਕਮ ਕੀਤਾ ਤੂੰ ਇਹਨਾਂ ਨਾਲ ਮੁਹੱਬਤ ਕਰ। ਸੁਭਾਨ ਅੱਲਾਹ। ਔਰ ਕਮਾਲ ਇਹ ਕਿ ਬੰਦੇ ਚਾਰ ਨੇ, ਕਿੰਨੇ ਨੇ, ਬੜਾ ਚਿਰ ਹੋਇਆ ਸੀ ਮੈਨੂੰ ਨਾਰਾ ਸੁਣਦਿਆਂ, ਤਾਂ ਨਾਰਾ ਤਹਿਕੀਕ ਹੱਕ ਚਾਰ ਯਾਰ, ਹੱਕ ਚਾਰ ਯਾਰ, ਕਿਤੇ ਯਾਰ ਚਾਰ ਨਬੀ ਪਾਕ ਦੇ। ਠੀਕ ਹੈ, ਪਹਿਲੀ ਗੱਲ ਤਾਂ ਇਹ ਗਲਤ ਹੈ, ਜਿਹਦੀ ਇਤਾਤ ਵਾਜਿਬ ਹੋਵੇ ਨਾ ਉਹਦੇ ਨਾਲ ਯਾਰੀ ਨਹੀਂ ਹੋ ਸਕਦੀ, ਜਿਹਦੀ ਇਤਾਤ ਵਾਜਿਬ ਹੋਵੇ। ਵਾਹ ਬਾਈ ਵਾਹ, ਹੈਡ ਮਾਸਟਰ ਕਿਸੇ ਮੁੰਡੇ ਨੂੰ ਆਖੇ ਬਹਿ ਜਾ, ਮੈਂ ਨਾ ਵੀ ਟੀਚਰ ਤੇ ਮੈਂ ਵੀ ਟੀਚਰ, ਹੈਡ ਮਾਸਟਰ ਕਿਸੇ ਬੱਚੇ ਨੂੰ ਆਖੇ ਸਿੱਟ, ਉਹ ਆਖੇ ਛੱਡ ਪਰਾ ਯਾਰ ਕੀ ਪਿਆ। ਜਾਂ ਕਿਸੇ ਹੈਡ ਮਾਸਟਰ ਜਾਂ ਟੀਚਰ, ਆਵਾਜ਼ ਆ ਰਹੀ, ਟੀਚਰ ਬੱਚੇ ਨੂੰ ਆਖੇ ਸਟੈਂਡ, ਇਹਦਾ ਕੀ ਮਤਲਬ, ਖੜਾ ਹੋ ਜਾ, ਤੇ ਉਹ ਨਾਲ ਦੇ ਮੁੰਡੇ ਤੇ ਟੋਲ ਲਾ ਕੇ ਆਖੇ
ਯਾਰ ਮੈਂ ਅਜੇ ਬੈਠਾ ਤੂੰ ਬੰਦਾ ਠੀਕ ਹੈ ਜਿਹੜਾ ਇੰਝ ਕਰਦਾ ਨਹੀਂ ਕਿਉਂ ਬੰਦੇ ਆਖਣਗੇ ਪਰ ਦਫਾ ਉਹ ਝਵਲ ਦੀ ਝਵਲੇ ਉਹ ਮਾਸਟਰ ਹੈ ਤੇਰਾ ਯਾਰ ਤੇਰਾ ਕਿੱਥੋਂ ਬਣਾ ਬਹੁਤ ਸ਼ੁਕਰੀਆ ਇਹਦਾ ਮਤਲਬ ਹੈ ਯਾਰ ਗੱਲ ਨੂੰ ਸਮਝੋ ਪੈਗੰਬਰ ਆਜ਼ਮ ਨਾਲ ਯਾਰੀ ਤੇ ਨਬੀਆਂ ਦੀ ਨਹੀਂ ਪੈਣੀ ਜਿਸ ਨਬੀ ਮੈਨੂੰ ਡਾਕਟਰ ਮਿਲੇ ਉੱਥੇ ਹੁੰਦਾ ਬਰਮਿੰਘਮ ਹਾਂਜੀ ਉੱਥੇ ਯੂਕੇ ਉਹ ਸਾਰੇ ਆਉਂਦੇ ਨੇ ਯਾਰ ਇੱਥੇ ਵੀ ਤੇਰਾ ਨਾਂ ਲੋਕਾਂ ਨੂੰ ਪਤਾ ਤੇਰਾ ਇੱਥੇ ਵੀ ਤੇਰਾ ਪਤਾ ਹੈ ਹੋ ਸਕਦਾ ਮੈਂ ਹਸਪਤਾਲ ਚੋਂ ਬਾਹਰ ਨਿਕਲਿਆ ਅੱਗੇ ਤੇਰਾ ਇਸ਼ਤਿਹਾਰ ਲੱਗਾ ਸੀ ਮੈਂ ਇਸ਼ਤਿਹਾਰੀ ਜੋ ਹੋਇਆ ਮੈਂ ਯਾਰ ਹੁੰਦੇ ਯਾਰ ਤੁਸੀਂ ਬੜਾ ਅੱਛਾ ਯਾਰ ਹੈ ਬੜਾ ਅੱਛਾ ਯਾਰ ਤੁਸੀਂ ਸਾਰੇ ਦੋਸਤੋ ਯਾਰ ਹੁੰਦੇ ਠੀਕ ਮੈਂ ਕਿਹੜਾ ਕੋਈ ਮਤਲਬ ਵੱਡਾ ਬੰਦਾ ਤੁਹਾਡਾ ਯਾਰ ਆ ਪੜਦਾ ਲੇਕਿਨ ਉਹਦੇ ਬਚਪਨ ਦੇ ਯਾਰ ਨੇ ਉਹ ਦਾਵਾ ਰੱਖਦੇ ਨੇ ਕਿ ਇਹ ਕਦੇ ਯਾਰ ਨੇ ਅਸੀਂ ਯਾਰ ਅਗਰ ਕੋਈ ਬਚਪਨ ਤੋਂ ਯਾਰ ਹੁੰਦਾ ਨਾ ਨਬੀ ਦਾ ਅਲੀ ਹੋਣਾ ਸੀ ਜਦੋਂ ਅਲੀ ਜਾ ਸਾਨੂੰ ਤਾਂ ਫਿਰ ਕੋਈ ਨਹੀਂ ਬਾਕੀ ਸਾਰੇ ਤਾਬੇਦਾਰ ਮੁਰੀਦ ਮੁਰੀਦ ਨੇ ਸ਼ੁਕਰੀਆ ਕਿ ਨਬੀ ਦੇ ਸਾਰੇ ਸਵਾਬਾ ਮੁਰੀਦ ਨੇ ਇਸ ਮੁਰੀਦ ਨੇ ਤਾਬੇ ਫਰਮਾਨ ਇਤਾਤ ਗੁਜ਼ਾਰ ਨੇ ਤਾਬੇ ਨੇ ਮਤੀ ਨੇ ਇਹ ਚੰਗੀ ਗੱਲ ਨਹੀਂ ਵੈਸੇ ਇਹ ਚੰਗੀ ਗੱਲ ਮਿਹਰਬਾਨ ਬਹੁਤ ਸ਼ੁਕਰੀਆ ਅਗਰ ਚਾਰ ਯਾਰ ਮੈਂ ਜਿਹੜੇ ਸੁਣੇ ਸਾਂ ਉਹ ਫਿਰ ਮੈਂ ਸੋਚਦਾ ਸਾਂ ਕਿ ਤੇਰੇ ਚੋਂ ਵਾਲੀ ਗੱਲ ਨਿਕਲੀ ਕਿੱਧਰੋਂ ਹੈ ਉਹ ਫਿਰ ਲੱਭ ਗਿਆ ਚਾਰ ਲੱਭ ਗਿਆ ਇਹ ਕਨਸਲ ਮੁਤਾਲਿਬ ਫੀ ਮਨਾਕਬ ਅਲੀ ਇਬਨ ਅਬੀ ਤਾਲਿਬ ਸ਼ੇਖ ਉਲ ਇਸਲਾਮ ਡਾਕਟਰ ਤਾਹਰੁਲ ਕਾਦਰੀ ਸਾਹਿਬ ਨੇ ਲਿਖੀ ਹੈ ਇਸ ਕਿਤਾਬ ਦਾ ਛੋਟੀ ਦਾ ਇਹ ਫਾਇਦਾ ਹੈ ਕਿ ਜ਼ਿਆਦਾ ਕਿਤਾਬਾਂ ਚੁੱਕਣੀਆਂ ਨਹੀਂ ਪਈਆਂ ਕਿਉਂਕਿ ਉਹਨਾਂ ਦੇ ਵਿੱਚ ਸਾਰਿਆਂ ਦੇ ਹਵਾਲੇ ਉਹਨਾਂ ਨੇ ਲਿਖ ਛੜੇ ਤਿਰਮਿਜ਼ੀ ਦਾ ਹਵਾਲਾ ਦੱਸਿਆ ਨੇ ਜਾਮਿਆ ਸਹੀਦਾ ਅਬਵਾਬ ਮੁਨਾਕਬ ਦਾ ਫਿਰ ਜਨਾਬੇ ਅਲੀ ਇਹਨਾਂ ਕਾਫੀ ਕਿਤਾਬਾਂ ਦੇ ਹਵਾਲੇ ਦੇ ਕੇ ਅਤੇ ਇੱਕ ਰਵਾਇਤ ਲਿਖੀ ਹੈ ਏਡੀ ਮੈਂ ਮਿਹਨਤ ਕੀਤੀ ਹੈ ਮੁਹੱਬਤ ਵਾਲੀ ਸਾਰਾ ਜਹਾਨ ਮੁਸਤਫਾ ਨਾਲ ਮੁਹੱਬਤ ਕਰਦਾ ਇਹ ਮੈਨੂੰ ਅਗਲੀ ਇੱਕ ਗੱਲ ਵਿੱਚ ਕਦੀ ਉਹ ਮੈਂ ਪਹੁੰਚਾ ਲਈ ਤੇ ਲੁਤਫ ਬੜਾ ਅਨ ਬੁਰੀ ਦਤਾ ਕਾਲਾ ਕਾਲਾ ਰਸੂਲੁਲਾਹ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਹਜ਼ਰਤ ਬੁਰੀਦਾ ਰਵਾਇਤ ਕਰਤੇ ਹੈ ਕਿ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਨੇ ਫਰਮਾਇਆ ਇਨਨਾ ਅੱਲਾਹ ਅਮਰਨੀ ਬਿਹੁਬੇ ਅਰਬਾ ਅੱਲਾਹ ਨੇ ਮੁਝੇ ਹੁਕਮ ਦਿਆ ਹੈ ਕਿ ਚਾਰ ਬੰਦੋਂ ਸੇ ਮੁਹੱਬਤ ਕੀਆ ਕਰ ਕਿੰਨਿਆਂ ਨਾਲ ਸਦਕੇ ਜਾਓ ਇੱਕ ਵਾਰੀ ਫੇਰ ਆ ਚਾਰ ਅਰਬਾ ਕਿਹਨੂੰ ਅੰਦਰ ਚਾਰ ਮਿਹਰਬਾਨੀ ਚਾਰ ਬੰਦਿਆਂ ਨਾਲ ਮੁਹੱਬਤ ਕਰਿਆ ਕਰ ਹੱਦ ਹੋ ਗਈ ਕੋ ਬਾਬਾ ਵੱਡੇ ਬੰਦੇ ਹੋਣਗੇ ਨਬੀ ਵੀ ਨਹੀਂ ਇਹ ਚਾਰੇ ਰਸੂਲ ਵੀ ਨਹੀਂ ਸਦਕਾ ਜਾਵਾਂ ਚਾਰੇ ਨਬੀ ਵੀ ਨਹੀਂ ਚਾਰੇ ਰਸੂਲ ਵੀ ਨਹੀਂ ਤੇ ਸਾਰੇ ਜਾਣਦੇ ਪੈਗੰਬਰ ਨੂੰ ਅੱਲਾ ਫਰਮਾਉਂਦਾ ਇਹਦੇ ਨਾਲ ਮੁਹੱਬਤ ਕਰੋ ਤੇ ਅੱਲਾ ਉਹਨੂੰ ਪਿਆਉਂਦਾ ਅਮਰ ਅਨੀ ਦਾ ਮਤਲਬ ਮੁਝੇ ਅਮਰ ਹੁਆ ਮੁਝੇ ਹੁਕਮ ਹੁਆ ਇਹ ਪਾੜੀ ਗੱਲ ਹੈ ਇਹ ਵਸਨੀ ਗੱਲ ਹੈ ਕਿ ਸਾਨੂੰ ਹੁਕਮ ਹੋਇਆ ਨਬੀ ਨਾਲ ਮੁਹੱਬਤ ਕਰੋ ਤੇ ਨਬੀ ਨੂੰ ਹੁਕਮ ਹੋਇਆ ਕਿ ਉਹਨਾਂ ਚੋਂ ਨਾਲ ਮੁਹੱਬਤ ਕਰੋ ਜਿਹਨੇ ਆਖਿਆ ਨਾਰਾ ਤਹਿਕੀਕ ਹੱਥ ਚਾਰ ਯਾਰ ਉਹਦੀ ਆਪਣੀ ਤਹਿਕੀਕ ਹੈ ਉਸ ਵੀ ਕੋਈ ਤਹਿਕੀਕ ਕੀਤੀ ਹੈ ਤੇ ਚਾਰ ਲੱਭੇ ਨੇ ਜਿਹੜੀ ਮੈਂ ਤਹਿਕੀਕ ਕੀਤੀ ਉਹ ਮੇਰੇ ਹੱਥ 'ਚ ਮੌਜੂਦ ਹੈ ਮੈਂ ਨਹੀਂ ਕੀਤੀ ਅਹਿਲੇ ਸੁਨਤ ਨੇ ਕੀਤੀ ਡਾਕਟਰ ਤਾਹਰੁਲ ਕਾਦਰੀ ਸਾਹਿਬ ਨੇ ਕੀਤੀ ਉਹ ਫਰਮਾਉਂਦੇ ਅਖਬਰ ਅਨੀ ਅੰਨਾ ਹਮ ਯੁਹਿਬੁਹਮ
قیل یا رسول اللہ سمعہم لنا، اے رسول خدا ہم سننا چاہتے ہیں کہ وہ چار کون ہیں جن کا یہ مقام ہے کہ اللہ کہہ رہا ہے ان چار سے تو محبت کر. وہ کی خیال ہونا چاہوں نال محبت ساڈی کرنی بنتی ہے کہ نہیں یار؟ اسی نبی نال کرنے تے نبی نو حکم ہے انہاں نال کر. ایک واری ٹکا کے میں نعرہ لوان لگا بسم اللہ. جی کنے نے جی؟ چار. ایک ہور یار آ گئے عابد صاحب تے صلوات پڑھو گے کوئی صاحب. لو جی ثاقب ثاقب نثار صاحب تشریف فرما. ثاقب عمران سابق انصار نکل گیا جی. سابق نہیں ثاقب عمران علی عمران صاحب. چھوٹے پاس اللہ پاک زمانے تصیر دہ فرمائے. بہت اچھے ذکر ہیں الحمد للہ بہت شکر. کنے بندے نے جنہ نال اللہ پہ فرمایا نبی نو انہاں نال تو محبت آیا صدقے جاؤں. ایڈا سواد ہے اج شیاں دی مجلس ادھر چار چار ہونی ہے نا گچاریا. شیاں دی مجلس ادھر چار چار ہونی ہے نا گچاریا. تہاڈا کام ہے تو سائے غلط مانی ہے چار ہی نے. اللہ پہ نبی نو فرماندا انہاں نال محبت کر. چار نے یار چار پانچ آکھیے نا ایتھے راگو میں پڑھدا رہا تسی آندے رہو. ایک بندہ روز نعرہ لاندا سی نعرہ تحقیق حق پنج تن پاک. نعرہ تحقیق حق پنج تن پاک. میں آندا سا یار نعرہ آکھن کے ساڈا نعرہ پٹھا کر چھڑکیا. میں کہ بندہ مومن تیار ہو. میں کہ بھائی جی ادی اپنی تحقیق ہے جنا چار یار رکھ رہی اپنی تحقیق ہے تو گسا کرنے والی لوڑ کوئی نہیں. انج ایک گل ہے میں جڑے نعرہ تحقیق حق چار یار دینا انہاں تائیں انہاں ساری تحقیق مان تے الو ملتان فرماندے چار نے. اللہ فرماندا ہے ان سوں سے تو چار سے تو محبت کیا کر. صحابہ نے پوچھا یا رسول اللہ وہ کون ہے. ایک روایت ہے جڑی شیعہ کتاب وچ او میں نہیں پڑھنی. او دے وچ اے وے کہ جو نبی نے آکھیا نا چار نے تے بندے آپس ہی سوچن لگ پے پوچھو تو صحیح نبی نو پہ چار کیڑے کیڑے نے. ایک نو لال دے آکھیا تو جا سواد لینا. او سکا تو جا تینوں کی تو سکا تو کیوں نہیں جاندا. او سکا میں سوچنا جے میں چوں چ نہ آیا تے میں پیڑا پیاں گا فائدہ. واہ واہ واہ. او سکا تو چلا جا. او سکا جے میں گیا تے میں وچ نہ آیا تھنوں ہی پریشانی ہونی ہے. ایک نے آکھیا بھی تو جا. اس بھی آخر نہیں میں تو نہیں جانا تھی دو نہیں پہ جانے تو میں کیوں جا. وہ حضرت علی کو آنا وہ نہ آ کے حضرت علی نو تو ہی پوچھ سکتے ہو. حضرت علی آخر میں پوچھ دینا تمہیں پتا نہیں. بہت شکریہ کہ حضرت علی آخر میں تمہیں پوچھ دینا ہے کہ نہیں پوچھ لی نہیں آ کے پوچھ نبی پر پوچھنا ہی ہے نا. انہوں نے آخر اسی تو اس خطرے تو نہیں گئے. ہائے یا علی تیرے کیا اس خطرے تو نہیں گیا پہ ساڈا نام بچ نہ آیا تو ایویں بھڑ پہ جائیں گے. فائدہ کی حضرت علی نے پوچھنے لگے جی تا نام نہ کیوں چ نہ آیا تو پھر حضرت علی نے کمال کی فرمایا جی آ گیا پھر تو ٹھیک ہے. انہوں نے کہا ٹھیک ہے جی نہ آیا. انہوں نے کہا نہ آیا تو میں کوشش کروں گا کہ میرا انہوں سے نہ آیا. ہائے ہائے آباد رہو بھائی. دیکھو جی ایک ہے نا یہ بھی ایک سلسلہ ہے. ایک باری کمپارٹ آ جائے بندہ پھر امتحان دینا ہے. تھوڑے کئی باری کمپارٹ نہیں آتی نمبر تھوڑے آتے ہیں تو بندہ آتا یار ایک باری پھر میں امتحان دینا ذرا چکا کے فسٹ پاس ہونا چاہنا ہے نا. پاس ہو گیا ہوں. کئی بندے تو مر کے پاس ہوتے ہیں آدھے ہلایا جنا گل نہیں. ایک باری نکل گیا پھر پھنس جائیے. حضرت علی نے فرمایا اگر میرا نام ہی نہ آیا تو میں کوشش کراں گا. جڑی میرے کو روایت پہنچی ہے نا اے چوں والی اے دے وچ اے کہ حضرت
بریدہ کہتے ہیں کہ حضور نبی پاک نے فرمایا اللہ نے مجھے چار آدمیوں سے محبت کا حکم دیتے ہوئے فرمایا اللہ بھی ان سے محبت کرتا ہے، تو بھی میرا محبوب ان سے محبت کر۔ قرآن کھول لو آیتِ عطن، ہاتھ وچ فرمانے رسول پڑھ لو، تے آتار القادر دی کتاب ہے تے اجے جیوندا جی، فون شروع کر کے پوچھ لو۔ او فرماندن تو آپ سے عرض کیا گیا کہ یا رسول اللہ ہمیں ان کے نام بتائیے، تو آپ نے چاروں کے ناموں سے پہلے جس پہلے کا نام بتایا تین مرتبہ فرمایا پہلا علی ہے، پہلا علی ہے، پہلا علی، اپنے موبائل چو فوٹو بنا لو، نکل لگا میں چنگی ہوں، چلو نام بنایا جا چنگی ہوں، کسی لڑکے کو بندہ پوچھتا کتوں ویکھی تو بنا پہلا اگلے چھڈو تر پہلا منو پہلا علی، آ جڑے بندے مٹھے ہو گئے نا انہوں نے اگلے کا وہم لگا، میں سمجھنا پہلا پہلا قرآن اتھے ہی ہے جی، فرمان ہی میرے ہاتھ جی، ایتھے مک جانی ہے مجلس۔ فرمان دن حضور نے ارشاد فرمایا اور تین مرتبہ فرمایا علی منہم، علی منہم، علی منہم، انہاں چوں اک علی ہے، انہاں چوں اک علی ہے، انہاں چوں اک علی ہے۔ میرا خیال ہے منافق تے سارے ایتھے ہی پیڑے پی گئے ہو، سبحان اللہ، مومنین ہی علی دے راضی ہوندے نے، منافق تے علی دے راضی نہیں ہو سکتا۔ اگوں پھر اشتیاق سی صحابہ کرام رضوان صدقے، صحابہ کرام رضوان اللہ علیہم اجمعین اشتیاق سی کہ اگوں پتہ لگے حضور نے فرمایا، یہی بہت سی رولا اگے جی کون ہے؟ فرماتن یقول ذالک ثلاثن، اس کے بعد تین ہیں، علی کے بعد تین ہیں، حضرات علی کے بعد تین ہیں، تین کے بعد علی نہیں، تین کے بعد علی نہیں، علی کے بعد تین ہیں۔ انہی کو عربی تو انہوں دی ہے، اربا دا مطلب ہے چار، ثلاثہ دا مطلب تین، یقول ذالک ثلاثن، اس کے علاوہ تین ہیں۔ صحابہ کیا واسطہ جی اپنی عزت دا، بندے آج اج پہ کر دے نے، دسو بھی تو ترے کون نے؟ فرمایا ابو ذر و بغداد و سلمہ، سبحان اللہ، علی کے بعد ابو ذر ہے، ابو ذر کے بعد مقداد ہے، مقداد کے بعد سلمان ہے۔ ہن پتہ لگ گئی تحقیق نوں اندر، میں ہوں آخر لگا چار، تسا آخنا حقدار، تسا کی آخنا حقدار، حقدار نے نبی دسے چار نے تے چار ہی دسے، چار نے جتھے چار کسے نو ملن نہ ہور چار، وہ مینو پہلا دسے تہنوں نہیں، مینو پہلے دسے کہ ایک اربا مینو بھی مل گئے نے، پیغمبر اے چار دسے نے، حد ہو گئی ہے، پہلا علی ہے تے حد دے وے جڑے باقی ترے نے انہاں دے وچ محبت ہے علی موجود،
ਇਹਦਾ ਮਤਲਬ ਅੱਲਾ ਉਹਦੇ ਨਾਲ ਮੁਹੱਬਤ ਕਰਦਾ, ਜਾਂ ਜਿਹੜਾ ਅਲੀ ਹੋਵੇ ਜਾਂ ਉਹਦੇ ਦਿਲ ਵਿੱਚ ਅਲੀ ਦੀ ਪਿਆਰ ਤੇ ਮੁਹੱਬਤ ਹੋਵੇ। ਇਸ ਮੁਹੱਬਤ ਨੂੰ ਨਬੀ ਮੰਗਦੇ ਗਏ ਨੇ। ਮੈਂ 7 ਸ਼ਾਵਾਂ ਪੜ੍ਹੀਆਂ ਸਾਂ, ਉਹਨਾਂ ਦੀ ਮੁਹੱਬਤ ਮੰਗੀ ਮੁਹੱਬਤ। ਆਖਰੀ ਜੁਮਲਾ ਅੱਜ ਦਾ ਇਹ ਵੇ, ਕੁਰਾਨ ਮੇਰੇ ਹੱਥ 'ਚ, ਮੈਂ ਤਹਿਕੀਕ ਕਰਕੇ ਪੇਪਰ, ਨਬੀ ਨੇ ਆਪਣੇ ਵਾਸਤੇ, ਆਪਣੇ ਰਸੂਲ ਵਾਸਤੇ ਤੇ ਜਿਹਾਦ ਵਾਸਤੇ ਮੁਹੱਬਤ ਮੰਗੀ ਹੈ, ਤੇ ਇਹਨਾਂ ਪੰਜਾਂ ਵਾਸਤੇ ਮੁਅੱਦਤ। ਸਦਕੇ ਜਾਵਾਂ, ਪੈਗੰਬਰ ਵਾਸਤੇ ਵੀ ਮੁਹੱਬਤ ਤਲਬ ਕੀਤੀ ਹੈ, ਤੇ ਜਿੱਥੇ ਅਲੀ ਤੇ ਅਲੀ ਦੀ ਔਲਾਦ ਦਾ ਜ਼ਿਕਰ ਆਇਆ ਉੱਥੇ ਫਰਮਾਉਂਦੇ ਕੁੱਲਾ ਸਲਕੁਮ ਅਲੈਹ ਅਜਰਨ ਇਲਾ ਅਲਮੁਵੱਦਤ ਫਿਲ ਕੁਰਬਾ। ਮੇਰਾ ਹਬੀਬ ਇਹਨਾਂ ਨੂੰ ਆਖ, ਮੇਰੇ ਕੋਲ ਘੰਟਾ ਵੀ ਪੈਣਾ ਤੇ ਸਿਰਫ 6-7 ਮਿੰਟ ਬਾਕੀ ਨੇ, ਉਹਨਾਂ ਦੇ ਵਿੱਚ ਮੈਂ ਦੱਸ ਦੇਣਾ। ਮੁਹੱਬਤ ਕਰਨੀ ਸੀ ਇਹਨਾਂ ਨਾਲ, ਮੁਹੱਬਤ ਨਹੀਂ ਸੀ ਕਰਨੀ, ਮੁਅੱਦਤ ਕਰਨੀ ਸੀ ਇਹਨਾਂ ਨੂੰ। ਪੈਗੰਬਰ ਦੀ ਕਬਰ ਦੇ ਦੁਆਲੇ ਥੱਕੀਆਂ ਫੁੱਫੀਆਂ ਨੂੰ ਬਿਠਾ ਕੇ ਤੇ ਹਜ਼ਰਤ ਸਜਾਦ ਪੈ ਫਰਮਾਉਂਦੇ ਸਨ, ਨਾਨਾ ਇੱਕ ਵਾਰੀ ਉੱਠ ਕੇ ਵੇਖ ਇਹਨਾਂ ਦੀ ਮੁਅੱਦਤ ਮੰਗ ਕੇ। ਜਿਹਨਾਂ ਨੂੰ ਲੋਕੀ ਬਾਜ਼ਾਰਾਂ 'ਚ ਮਾਰਦੇ, ਧੀਆਂ ਸਾਰੇ ਜਹਾਨ ਨੂੰ ਪਿਆਰੀਆਂ ਹੁੰਦੀਆਂ। ਇੱਕ ਰਵਾਇਤ ਮੈਂ ਹਮੇਸ਼ਾ ਪੜ੍ਹਨਾ ਕਦੀ ਮੁਹੱਰਮ ਵਿੱਚ, ਅੱਜ 3 ਮੁਹੱਰਮ ਹੋ ਗਈ, ਨਹੀਂ ਪੜ੍ਹ ਸਕਿਆ ਤੇ ਅੱਜ ਮੇਰਾ ਖਿਆਲ ਹੈ ਮੈਂ ਪੜ੍ਹਦਿਆਂ ਇਹਨਾਂ 5-7 ਮਿੰਟਾਂ 'ਚੋਂ ਹੀ ਪੜ੍ਹੀ ਜਾ ਸਕ। ਹਜ਼ਰਤ ਇਮਾਮ ਹੁਸੈਨ ਅਲੈਹਿਸਸਲਾਮ ਤੋਂ ਬਹਾਦਰ ਕਾਇਨਾਤ ਤੱਕ, ਹਜ਼ਰਤ ਅਲੀ ਦੀ ਬਹਾਦਰੀ ਪਹਿਲੇ ਲਿਸਟ 'ਚ ਆਉਂਦੀ ਸੀ। ਅਰਬ ਦਿਆਂ ਦਾਨਸ਼ਵਰਾਂ ਨੇ ਹਜ਼ਰਤ ਅਲੀ ਨੂੰ ਪਹਿਲਾ ਬਹਾਦਰ ਲਿਖਿਆ ਸੀ। ਪੈਗੰਬਰ ਤੋਂ ਬਾਅਦ ਜਿਹੜਾ ਕਾਇਨਾਤ ਦੇ ਬਹਾਦਰ ਹੈ ਉਹ ਅਲੀ। ਜਿਹੜੇ ਵੇਲੇ ਵਾਕਿਆ ਕਰਬਲਾ ਹੋਇਆ, ਉਸ ਤੋਂ ਬਾਅਦ ਉਹਨਾਂ ਮੁਹੱਕਕੀਨ ਨੇ ਉੱਤੇ ਨਾਮ ਹੁਸੈਨ ਇਬਨ ਅਲੀ ਦਾ, ਉਹ ਮੌਲਾ ਅਲੀ ਦੀ ਸ਼ਜਾਅਤ ਦੇ ਮੁਨਕਰ ਨਹੀਂ ਹੋਇਆ। ਉਹਨੂੰ ਪੁੱਛਿਆ ਗਿਆ ਕਿ ਤੁਸੀਂ ਹਜ਼ਰਤ ਅਲੀ ਅਲੈਹਿਸ ਸਲਾਮ ਤੇ ਬਹਾਦਰੀ ਉੱਥੇ ਹੀ ਖਲੋਤੀ ਹੈ ਜਿੱਥੇ ਹੈ, ਤੇ ਤੁਸੀਂ ਇਮਾਮ ਹੁਸੈਨ ਨੂੰ ਬਹਾਦਰ ਪਹਿਲੇ ਨੰਬਰ 'ਤੇ ਕਿਵੇਂ ਰੱਖਿਆ? ਉਹਨਾਂ ਆਖਿਆ, ਸਾਡੇ 'ਤੇ ਅਲੀ ਵੀ ਰਾਜ਼ੀ ਹੈ ਅਤੇ ਨਬੀ ਵੀ ਰਾਜ਼ੀ, ਤੁਸੀਂ ਵੀ ਇਤਰਾਜ਼ ਨਾ ਕਰੋ, ਅਸਾਂ ਕੋਈ ਨੰਬਰ ਨਹੀਂ ਪਹਿਲਾਉਂਦੇ, ਲੇਕਿਨ ਇਹਦੇ ਵਿੱਚ ਇੱਕ ਰਾਜ਼ ਹੈ। ਉਹਨਾਂ ਆਖਿਆ, ਕੀ ਰਾਜ਼? ਉਹਨਾਂ ਆਖਿਆ, ਜਦੋਂ ਅਲੀ ਦਾਦੇ ਸ਼ੁਜਾਤ ਦਿੰਦੇ ਸਨ ਨਾ, ਉਦੋਂ ਪਿੱਛੇ ਰਸੂਲ ਆ ਕੇ ਖਲੋਂਦੇ ਸਨ ਅਤੇ ਫਰਮਾਉਂਦੇ ਸਨ, ਫਿਕਰ ਨਾ ਕਰ ਮੈਂ ਤੇਰੇ ਪਿੱਛੇ। ਸਦਕੇ ਜਾਵਾਂ, ਫਰਮਾਇਆ ਜਦੋਂ ਹਜ਼ਰਤ ਅਲੀ ਦਾਦੇ ਸ਼ੁਜਾਤ ਦਿੰਦੇ ਸਨ ਤੇ ਮੈਦਾਨਾਂ 'ਚ ਜੰਗ ਕਰਦੇ ਸਨ, ਪਿੱਛੇ ਰਸੂਲ ਅੱਲਾ ਖਲੋ ਕੇ ਆਉਂਦੇ ਸਨ, ਫਿਕਰ ਨਾ ਕਰੀ ਮੈਂ ਤੇਰੇ ਪਿੱਛੇ ਹਾਂ। ਫਰਮਾਉਂਦੇ ਨੇ, ਹੁਸੈਨ ਉੱਥੇ ਬਹਾਦਰੀ ਵਿਖਾਈ ਹੈ ਜਿੱਥੇ ਆਖਣਾ ਪਿਆ ਹਨ ਮੈਂ ਨਾ ਸਰ ਗਿਆ। ਐਡੇ ਬਹਾਦਰ ਸਨ, ਇੱਕ ਹਮਲਾ ਕੀਤਾ ਨੇ 10 ਮੁਹਰਮ ਨੂੰ। ਜ਼ਲਕਿਫਲ ਇੱਕ ਸ਼ਹਿਰ ਹੈ ਜੀ, ਕਰਬਲਾ ਤੋਂ 12 ਮੀਲ ਦੂਰ। ਕਦੀ ਕਦੀ ਸਵਾਰ ਉੱਥੇ ਜਾਂਦੇ ਨੇ, ਮੈਂ ਗਿਆ, ਅਜੇ ਵੀ ਹੈ। 4 ਸਹਾਬਾ ਦੀਆਂ ਕਬਰਾਂ ਨੇ, ਕਿਸੇ ਨਬੀ ਜ਼ਲਕਿਫਲ ਨਬੀ ਹੈ, 4 ਸਹਾਬਾ ਉਹਨਾਂ ਦੀ ਕਬਰ। ਉਹ ਸ਼ਹਿਰ 12 ਮੀਲ ਕਰਬਲਾ ਤੋਂ ਦੂਰ ਹੈ, ਜਿਹਦੀਆਂ ਦੀਵਾਰਾਂ ਨਾਲ ਸ਼ਾਮ ਦੇ ਬੁਜ਼ਦਲ ਅਤੇ ਕੂਫੇ ਦੇ ਬੁਜ਼ਦਾਂ ਦੇ ਘੋੜੇ ਟਕਰਾਏ ਨੇ। ਯਕੀਨ ਕਰੋ, ਹਜ਼ਰਤ ਇਮਾਮ ਹੁਸੈਨ ਨੇ ਐਡਾ ਵੱਡਾ ਹਮਲਾ ਕੀਤਾ 10 ਮੁਹੱਰਮ ਨੂੰ, ਕਿਬਲਾ ਅੱਜ ਲੱਥੇ ਨੇ ਨਾ ਤਲਵਾਰ ਲੈ ਕੇ, ਤੇ ਇਹ ਕਹਿ ਕੇ ਤਲਵਾਰ ਲੈ ਕੇ ਤੇ ਟਿੱਬੇ ਤੋਂ ਥੱਲੇ ਲੱਥੇ ਨੇ, ਉਹ ਤੁਸਾਂ ਮੇਰਾ ਅਕਬਰ ਵੀ ਮਾਰ ਛੱਡਿਆ, ਉਹ ਤੁਸਾਂ ਮੇਰੇ ਅੱਬਾਸ ਦੇ ਟੁਕੜੇ ਕਰ ਦਿੱਤੇ, ਤੁਸਾਂ ਮੇਰੇ ਕਿਸੇ ਮਹਿਮਾਨ ਦਾ ਵੀ ਲਿਹਾਜ਼ ਨਹੀਂ ਕੀਤਾ, ਤੁਸਾਂ ਮੇਰੇ ਗੋਦ ਵਾਲਾ ਸ਼ਹਿਜ਼ਾਦਾ ਵੀ ਮਾਰ ਦਿੱਤਾ, ਔਰ ਮੈਨੂੰ ਕਮਜ਼ੋਰ ਸਮਝਣ ਵਾਲੇ ਹੋ, ਮੈਂ ਅਲੀ ਦਾ ਬੇਟਾ ਤੇ ਮੇਰੇ ਹੱਥ 'ਚ ਜ਼ੁਲਫ਼ਿਕਾਰ ਹੈ, ਐਡਾ ਵੱਡਾ ਹਮਲਾ ਕੀਤਾ ਨੇ, ਮੈਦਾਨ ਖਾਲੀ ਹੋ ਗਈ। ਸ਼ੇਖੂਪੁਰਾ ਨਾ, ਸ਼ੇਖੂਪੁਰਾ ਪੀਰ ਮਹਬੂਬ ਅਲੀ ਸ਼ਾਮਦਾਨੀ ਨੂੰ ਸਲਾਮ ਪੇਸ਼ ਕਰਨਾ, ਕੋਈ ਪੁਰਾਣਾ ਬੰਦਾ ਬੈਠਾ, ਫਰਮਾਂਦਾ ਸ਼ਾਮ ਤੇ ਕੂਫੇ ਤੇ ਗਿੱਦੜ ਪਵਾਉਂਦੇ ਜਦੋਂ ਜ਼ਲਕਿਫਲ ਦੀਆਂ ਦੀਵਾਰਾਂ ਨਾਲ ਟਕਰਾਏ ਨੇ,
ਤੇ ਸ਼ਬੀਰ ਕੱਲਾ ਵਾਪਸ ਪਿਆ ਆਉਂਦਾ ਸੀ ਤੇ ਹਰ ਬੰਦਾ ਨਾਲ ਦੇ ਨੂੰ ਆਉਂਦਾ ਸੀ, ਤੂੰ ਕਿਉਂ ਨਸਿਆ? ਹੁਸੈਨ ਤੇ ਮੇਰੇ ਸਿਰ ਤੇ ਸੀ। ਇੰਨਾ ਰੋਹਬ ਇਮਾਮ ਹੁਸੈਨ ਦਾ ਸਲਾਮ ਦਾ ਪੈ ਗਿਆ ਸੀ ਕਿ ਹਰ ਮਲਾਉਣ ਆਉਂਦਾ ਸੀ ਕਿ ਹੁਸੈਨ ਮੇਰੇ ਪਿੱਛੇ, ਹੁਸੈਨ ਮੇਰੇ ਪਿੱਛੇ, ਇੰਨਾ ਡਰ ਆ ਗਿਆ ਸੀ। ਜਦੋਂ ਪਰਤ ਕੇ ਆਇਆ ਨਾ ਤਲਵਾਰ ਅੱਜ ਖੂਨ ਦੀ ਭਿੱਜੀ ਲੈ ਕੇ ਅੱਬਾਸ ਦੀ ਲਾਸ਼ ਕੋਲੋਂ ਪੈ ਗੁਜ਼ਰਦੇ ਸਨ, ਜਦੋਂ ਹੌਲੇ ਹੌਲੇ ਆਵਾਜ਼ ਆਈ ਹੈ ਜੇ ਲੜਨਾ ਸੀ ਤੇ ਮੈਨੂੰ ਆ ਜਾ। ਫਰਮਾਦੇ ਨਹੀਂ ਅੱਬਾਸ, ਮੈਂ ਦੱਸਣਾ ਚਾਹੁੰਦਾ ਮੈਂ ਮਜਬੂਰ ਨਹੀਂ, ਮੈਂ ਮਜ਼ਲੂਮ। ਮੈਦਾਨ ਖਾਲੀ ਕਰਾ ਕੇ ਖੈਮਿਆਂ ਲਾਏ ਤੇ ਹਜ਼ਰਤ ਫਿਜ਼ਾ ਨੇ ਵੇਖਿਆ ਇਮਾਮ ਹਸਦ ਕੇ ਆ ਰਹੇ ਨੇ ਤੇ ਹਜ਼ਰਤ ਫਿਜ਼ਾ ਨੇ ਫਰਮਾਇਆ, ਮੁਰਸ਼ਦਜ਼ਾਦੀ ਤੇਰਾ ਵੀਰ ਮੈਦਾਨ ਖਾਲੀ ਕਰਾ। ਇੱਕ ਵਾਰੀ ਵਾਪਸ ਪਿਆ ਆਉਂਦਾ, ਬੀਬੀ ਆਖਿਆ ਬੀਬੀਆਂ ਨੂੰ ਆਓ ਮੇਰੇ ਵੀਰ ਦਾ ਫਿਰ ਇਸਤਕਬਾਲ ਕਰੋ, ਅਗਰ ਚਾਲ ਵਿਦਾ ਹੋ ਚੁੱਕਾ ਲੇਕਿਨ ਆਓ ਮੇਰਾ ਵੀਰ ਬੜੀ ਮੁਸ਼ਕਲ ਨਾਲ ਵਾਪਸ ਆਇਆ। ਤੇ ਖੈਮਿਆਂ ਵੱਲ ਪਿਆ ਆਉਂਦਾ, ਬਾਹਰਲੀ ਕਨਾਤ ਤੋਂ ਅੰਦਰ ਘੋੜਾ ਆਇਆ, ਬਾਹਰ ਇੱਕ ਕਨਾਤ ਵੱਖਰੀ ਸੀ, ਇਹ ਅੱਬਾਸ ਅਲੈਹਿ ਸਲਾਮ ਦਾ ਇੰਤਜ਼ਾਮ ਸੀ। ਜਿਹੜੀਆਂ ਕਿਲਿਆਂ ਨਾਲ ਕਨਾਤ ਲੱਗੀ ਸੀ ਉਹ ਵੱਖਰੀ ਸੀ, ਉੱਥੇ ਬਾਹਰ ਵੱਖਰੀ ਸੀ ਤਾਂ ਕਿ ਸਵਾਰ ਹੁੰਦਿਆਂ ਵੀ ਕੋਈ ਬੀਬੀ ਕਿਸੇ ਮਲਾਉਣ ਨੂੰ ਨਜ਼ਰ ਨਾ, ਕਿਉਂਕਿ ਬਾਹਰ ਬੀਬੀਆਂ ਆ ਕੇ ਸਵਾਰ ਕਰਦੀਆਂ। ਬਾਹਰਲੀ ਕਨਾਤ ਤੋਂ ਅੰਦਰ ਘੋੜਾ ਆਇਆ ਤੇ ਸਾਰੀਆਂ ਬੀਬੀਆਂ ਨੂੰ ਲੈ ਕੇ ਬੀਬੀ ਪਾਕ ਅੱਗੇ ਵੱਧ ਕੇ ਇਸਤਕਬਾਲ ਕੀਤਾ ਤੇ ਮੇਰੇ ਮੌਲਾ ਇੱਕ ਵਾਰੀ ਘੋੜੇ ਤੋਂ ਥੱਲੇ ਉਤਰੇ ਤੇ ਫਰਮਾਉਂਦੇ ਨੇ ਅੰਮਾ ਦੀ ਜਾਈ ਤਸੱਲੀ ਰੱਖੀ, ਮੈਂ ਇੰਨੀ ਦੂਰ ਛੱਡ ਆਇਆ, ਤਸੱਲੀ ਰੱਖ ਰੱਖ ਮੈਨੂੰ ਮਿਲੋ। ਤੇ ਫਰਮਾਇਆ ਵੀਰ ਇਹ ਜਿਹੜਾ ਕਮਾਲ ਕੀਤੇ ਕਿਸੇ ਕੰਮ ਵਾਸਤੇ, ਯਕੀਨ ਇਮਾਮ ਦਾ ਕੋਈ ਕੰਮ ਹਿਕਮਤ ਤੋਂ ਖਾਲੀ ਨਹੀਂ, ਆਏ ਤਾਂ ਕਿਸੇ ਕੰਮ ਹੀ ਆਉਣਾ, ਇੱਥੇ ਦਿਲ ਸੰਭਾਲਣਾ। ਹਜ਼ਰਤ ਇਮਾਮ ਹੁਸੈਨ ਫਰਮਾਉਂਦੇ ਨੇ ਮੈਂ ਆਪਣੀ ਵੱਡੀ ਬੇਟੀ ਨੂੰ ਮਿਲਣਾ, ਗੋਦਵਾਲ ਦੀ ਬੇਟੀ ਦੇ ਬੜੇ ਮੁਸਾਹਿਬ ਤੋਂ ਸਫ਼ਰ, ਇਹ ਮੇਰੇ ਮੌਲਾ ਦੀ ਵੱਡੀ ਬੇਟੀ, ਨਾਂ ਇਹਨਾਂ ਦਾ ਵੀ ਫਾਤਮਾ, ਦਾਦੀ ਦੇ ਨਾਂ 'ਤੇ, ਇਹਨਾਂ ਨੂੰ ਕੁਬਰਾ ਕਿਹਾ ਜਾਂਦਾ, ਸਲਾਮੁਲਲਾਹ ਅਲੈਹਾ। ਮੇਰੇ ਮੌਲਾ ਫਰਮਾਉਂਦੇ ਨੇ ਕੁਬਰਾ ਬੇਟੀ ਜ਼ਰਾ ਮੇਰੇ ਸਾਹ। ਲੋਕ ਪਹਿਲੀ ਵਾਰੀ ਮਜਲਿਸ ਜਾ ਕੇ ਆਉਂਦੇ ਨੇ ਐਵੇਂ ਰੋਂਦੇ ਨੇ, ਗੱਲ ਅਜੇ ਹੋਈ ਕੋਈ, ਗੱਲ ਦੱਸਾਂ ਕੀ ਹੋ, ਬੀਬੀ ਪਿਓ ਵੱਲ ਜਾਣ ਦੀ ਬਜਾਏ ਫੁੱਫੀ ਦੇ ਪਿੱਛੇ ਲੁਕ ਗਏ ਤੇ ਹਜ਼ਰਤ ਬੀਬੀ ਸਾਹਿਬ ਸਲਾਮੁਲਲਾਹ ਅਲੈਹਾ ਦੇ ਪਿੱਛੇ ਖਲੋ ਕੇ ਹਜ਼ਰਤ ਕੁਬਰਾ ਨੇ ਫਰਮਾਇਆ, ਅੰਮਾ ਮੈਂ ਕਦੀ ਪਿਓ ਦੇ ਸਾਹਮਣੇ ਇੰਜ ਬੋਲੀ ਆਏ ਜੀ, ਮੈਂ ਬਿਲਕੁਲ ਕਦੀ ਸਾਹਮਣੇ ਖਲੋ ਕੇ, ਇੰਨਾ ਹਯਾ ਹੱਦ ਹੋ ਗਈ ਪੂਰੀ ਜ਼ਿੰਦਗੀ। ਫਰਮਾਉਂਦੇ ਨੇ ਮੈਂ ਕਦੀ ਬਾਬਾ ਜਾਨ ਦੇ ਸਾਹਮਣੇ ਖਲੋ ਕੇ ਆਂਚ ਮੁਖਾਤਿਬ ਹੋ ਕੇ ਬੋਲੀ ਹਾਂ। ਬੀਬੀ ਫਰਮਾਉਂਦੇ ਨੇ ਅੱਜ ਬੋਲ ਲੈ ਮੇਰਾ ਲਾਜ਼ੇ ਦਾ ਮਹਿਮਾਨ। ਹਜ਼ਰਤ ਕੁਬਰਾ ਫਰਮਾਉਂਦੇ ਨੇ ਅੰਮਾ ਫਿਰ ਕਿਵੇਂ ਜਾਵਾਂ? ਫਰਮਾਇਆ ਮੇਰੇ ਨਾਲ ਆਣਾ, ਧੀ ਨੂੰ ਨਾਲ ਲੈ ਕੇ ਨਾ, ਭਤੀਜੀ ਨੂੰ ਚੰਦ ਕਦਮ ਅੱਗੇ ਗਏ ਨੇ ਤੇ ਨਾਲ ਰੱਖ ਕੇ ਫਰਮਾਉਂਦੇ ਨੇ ਹੁਸੈਨ ਬੇਟੀ ਸ਼ਰਮਾ ਰਹੀ ਹੈ ਤੇਰੀ ਜਿਹੜੀ ਗੱਲ ਕਰਨੀ ਆ ਬੇਟੀ ਨਾਲ ਕਰ। ਹਜ਼ਰਤ ਇਮਾਮ ਹੁਸੈਨ ਇੱਕ ਕਦਮ ਅੱਗੇ, ਬੇਟੀ ਤਰੇ ਕਦਮ, ਜਦੋਂ ਸਾਹਮਣੇ ਖਲੋ ਗਈ ਨਾ ਜ਼ਿਆਦਾ ਰੋ, ਉਦੋਂ ਇਮਾਮ ਹੁਸੈਨ ਅਲੈਹਿ ਸਲਾਮ ਨੇ ਮੈਨੂੰ ਇਸ਼ਾਰੇ ਦੀ ਮਾਫੀ ਕਰੀ, ਉਹ ਜਿਹੜੀ ਮਖਦੂਮਾ ਦੇ ਸਰ ਮੁਬਾਰਕ ਤੇ ਚਾਦਰ ਸੀ ਨਾ ਜੀ, ਹਾਂਜੀ, ਉਹ ਇਮਾਮ ਹੁਸੈਨ ਅਲੈਹਿ ਸਲਾਮ ਨੇ ਥੋੜ੍ਹੀ ਜਿਹੀ ਥੱਲੇ ਕੀ। ਫਿਰ ਆਪਣੇ ਅਮਾਮੇ ਨਾਲੋਂ ਇੱਕ ਕੱਪੜਾ ਫੜ, ਚਾਦਰ ਜ਼ਰਾ ਕੋ ਮੱਥੇ ਤੇ ਇੱਥੇ ਕਰ ਜਾਣਾ ਅੱਖਾਂ ਦੇ ਕਰੀਬ, ਉੱਤੇ ਮੇਰੇ ਮੌਲਾ ਨੇ ਇੱਕ ਪੱਟੀ ਆਪਣੇ ਚਾਦਰ ਅਮਾਮੇ ਨਾਲੋਂ ਫਾੜ ਕੇ ਰੱਖੀ ਤੇ ਪਿੱਛੇ ਰੱਖ ਕੇ ਨਾ ਉੱਤੇ ਚਾਦਰ ਦੇ ਦੋ ਗੰਢਾਂ ਘੁੱਟ ਕੇ ਦੇ ਦਿੱਤੀਆਂ ਤੇ ਸਿਰ ਤੇ ਹੱਥ ਰੱਖ ਕੇ ਫਰਮਾਉਂਦੇ ਨੇ ਅੱਛਾ ਖੁਦਾ ਹਾਫਿਜ਼।
ਬੀਬੀ ਟੁਰਦੇ ਪਿਓ ਦੇ ਸੀਨੇ ਤੇ ਮਾਂ ਚ ਸਿਰ ਰੱਖ ਲਿਆ ਤੇ ਰੋ ਕੇ ਬੀਬੀ ਫਰਮਾਉਂਦੀ ਆ, ਬਾਬਾ ਜ਼ਿੰਦਗੀ ਚ ਪਹਿਲੀ ਵਾਰੀ ਤੁਸੀਂ ਮੇਰੇ ਪਰਦੇ ਨੂੰ ਮੇਰੇ ਸਿਰ ਨਾਲ ਬੱਧਿਆ, ਤੁਸੀਂ ਫਿਕਰ ਨਾ ਕਰੋ ਮੈਂ ਔਲਾਦ ਰਸੂਲ ਹਾਂ, ਮੈਂ ਆਪਣੇ ਪਰਦੇ ਦੀ ਹਿਫਾਜ਼ਤ ਕਰਾਂਗੀ, ਤੁਸੀਂ ਕਿਉਂ ਮੇਰੇ ਸਿਰ ਨਾਲ ਮੇਰੀ ਚਾਦਰ ਬੰਨ ਦਿੱਤੀ ਹੈ, ਮੇਰੀਆਂ ਧੀਆਂ ਵੀ ਸੁਣ ਲੈਣ, ਆਪਣੇ ਪਰਦੇ ਦੀ ਇੰਝ ਹਿਫਾਜ਼ਤ ਕਰੋ। ਮੌਲਾ ਨੇ ਬੰਨ ਦਿੱਤਾ, ਜੁਮਲਾ ਹੀ ਕਾਫੀ ਹੈ। ਫਰਮਾਉਂਦੇ ਨੇ ਬਾਬਾ ਕਿਉਂ ਬੱਧਾ ਹੀ ਮੇਰੇ ਸਿਰ ਨਾਲ ਮੇਰਾ ਬੁਰਕਾ, ਨਾਲ ਲਾ ਕੇ ਸਿਰ ਤੇ ਹੱਥ ਰੱਖ ਕੇ ਫਰਮਾਉਂਦੇ ਨੇ ਬੇਟੀ ਜਦੋਂ ਮਰਦ ਦੌੜਨ ਉਹਨਾਂ ਦੀਆਂ ਪੱਗਾਂ ਸਿਰਕ ਜਾਂਦੀਆਂ ਨੇ, ਜਦੋਂ ਮਜ਼ਦੂਰਾਂ ਦੌੜਨ ਉਹਨਾਂ ਸਿਰਾਂ ਤੋਂ ਕੱਪੜੇ ਸਿਰਕਦੇ ਨੇ, ਨਾਲ ਲੱਗ ਕੇ ਰੋ ਕੇ ਫਰਮਾਉਂਦੀ ਹਾਂ ਵੇ ਮੇਰਾ ਮਦਾ, ਮੈਨੂੰ ਇਸ ਜੰਗਲ ਵਿੱਚ ਦੌੜਨਾ ਵੀ ਪੈਣਾ। ਮਰਦ ਦੌੜਨ ਤੇ ਅਮਾਮੇ ਡਿੱਗਦੇ ਨੇ, ਔਰਤਾਂ ਦੌੜਨ ਤੇ ਚਾਦਰਾਂ ਡਿੱਗਦੀਆਂ ਨੇ, ਮੈਨੂੰ ਦੌੜਨਾ ਵੀ ਪੈਣਾ। ਮੌਲਾ ਇਹ ਕਹਿ ਕੇ ਟੁਰ ਗਿਆ ਤੇ ਸਾਦਿਕ ਉਹ ਸਿੱਦੀਕ ਉਹ ਮੁਸੱਦਿਕ ਉਹ ਮੁਸੱਦਕ ਬਾਪ ਜਦੋਂ ਕਹਿ ਕੇ ਗਿਆ ਸੀ, ਬੀਬੀ ਫਰਮਾਉਂਦੀ ਹੈ ਜਦੋਂ ਸ਼ਿਮਰ 100 ਬੰਦਾ ਲੈ ਕੇ 10 ਮੁਹਰਮ ਦੀ ਡੀਗਰ ਨੂੰ ਅੰਦਰ ਆਇਆ ਨਾ ਨੇਜ਼ੇ ਲੈ ਕੇ, ਬੀਬੀ ਫਰਮਾਉਂਦੀ ਹੈ ਮੇਰੀ ਫੁੱਫੀ ਨੇ ਹਰ ਬੀਬੀ ਨੂੰ ਆਖਿਆ ਸੀ ਹੁਣ ਜਿੱਥੋਂ ਤੱਕ ਹੋ ਸਕਦਾ ਨਾ ਹਿਫਾਜ਼ਤ ਕਰੋ ਆਪਣੇ ਪਰਦਿਆਂ ਦੀ। ਉਹ ਕਿਵੇਂ ਹੋ ਸਕਦਾ ਸੀ, ਕੀ ਕਰਨਾ ਸੀ ਬੀਬੀ, ਅਜੇ ਹੱਥ ਆਜ਼ਾਦ ਸਨ, ਹਰ ਬੀਬੀ ਨੂੰ ਬੀਬੀ ਆਖਿਆ ਸੀ ਕਿ ਆਪਣਾ ਬੁਰਕਾ ਇੱਥੋਂ ਮੇਰੇ ਨਜ਼ਦੀਕ ਨਰਮ ਲਫ਼ਜ਼ ਨਹੀਂ। ਬੀਬੀ ਫਰਮਾਉਂਦੀ ਮੈਂ ਦੇ ਅੱਗੇ ਦੌੜੀ, ਉਹ ਮਲਾਉਣ ਮੇਰੇ ਪਿੱਛੇ ਦੌੜਿਆ, 7-8 ਕਦਮ ਤੇ ਜਾ ਕੇ ਉਹਨੇ ਮੈਨੂੰ ਇੱਥੇ ਨੇਜ਼ਾ ਮਾਰਿਆ, ਉਸ ਮੇਰੇ ਨੇਜ਼ੇ ਨਾਲ ਮੇਰੀ ਚਾਦਰ ਬੁਲੰਦ ਹੋਈ। ਮੈਂ ਮੂੰਹ ਛੁਪਾਉਣ ਵਾਸਤੇ ਕਰਬਲਾ ਦੀ ਰੇਤ ਤੇ ਆਪਣਾ ਮੂੰਹ ਰੱਖਿਆ, ਜਿਵੇਂ ਸਜਦੇ ਵਿੱਚ ਜਾਈਦਾ ਨਾ, ਬੀਬੀ ਪਾਕ ਫਰਮਾਉਂਦੇ ਨੇ ਮੈਂ ਸਜਦੇ ਵਿੱਚ ਜਾ ਕੇ ਨਾ ਜਿਵੇਂ ਜਾਈਦਾ ਆਪਣਾ ਮੂੰਹ ਰੇਤ ਦੇ ਵਿੱਚ, ਮੱਥਾ ਰੇਤ ਦੇ ਵਿੱਚ। ਫਰਮਾਉਂਦੇ ਨੇ ਜੇ ਦਿਨ ਹੈ ਸੀ ਜਦੋਂ ਮੈਂ ਇੰਝ ਸਜਦੇ ਦੀ ਹਾਲਤ 'ਚ ਹੋਊਂ, ਫਿਰ ਮੈਂ ਸ਼ਾਮ ਹੋ ਆਖਿਰ ਜਾ, ਸ਼ਾਮ ਹੋ ਆਖਿਰ ਜਾ, 2 ਮਿੰਟ ਉੱਤੇ ਹੋ ਗਏ, 1 ਮਿੰਟ, ਸ਼ਾਮ ਹੋ ਗਈ। ਬੀਬੀ ਫਰਮਾਉਂਦੀ ਹੈ ਉਚਰਾਂ ਨੂੰ ਖੈਮੇ ਸੜ ਗਿਆ, ਜਦੋਂ ਸ਼ਾਮ ਹੋਈ ਨਾ ਉਦੋਂ ਮੇਰੇ ਮੁੰਡੇ 'ਤੇ ਕਿਸੇ ਨੇ ਹੱਥ ਰੱਖਿਆ। ਬੀਬੀ ਦੇ ਲਫ਼ਜ਼ ਨੇ ਜੀ ਇਦੋਂ ਸਿੱਦੀਕਾ ਰਾਵੀਆ ਮੈਂ ਕਿਹੜੀ ਕਰਦਾ। ਬੀਬੀ ਫਰਮਾਉਂਦੇ ਨੇ ਅਗਰ ਉਹ ਬੋਲਣ ਵਾਲਾ ਨਾ ਨਾ ਬੋਲਦਾ ਤੇ ਮੇਰੀ ਸ਼ਾਇਦ ਜਾਨ ਨਿਕਲ ਜਾਂਦੀ। ਉੱਠ ਪਓ ਸਜਾਦ ਬਚ ਗਈ, ਮੈਂ ਆਪਣੀ ਫੁੱਫੀ ਦੀ ਆਵਾਜ਼ ਪਹਿਚਾਣੀ, ਆਵਾਜ਼ ਰਵਜ ਫੁੱਫੀ ਜ਼ੈਨਬ ਦੀ ਆਵਾਜ਼ ਪਹਿਚਾਣੀ ਤੇ ਮੈਂ ਉੱਥੇ ਮੂੰਹ ਰੱਖ ਕੇ ਆਖਿਆ, ਫੁੱਫੀ ਤੁਸੀਂ ਉਹ ਮੈਂ ਹਾਂ, ਮੈਨੂੰ ਉੱਠਣ ਦਾ ਹੁਕਮ ਨਾ ਦਿਆ ਜੇ। ਕਿਉਂ? ਬੀਬੀ ਫਰਮਾਉਂਦੇ ਨੇ ਮੰਮਾ ਮੇਰੇ ਸਿਰ ਤੋਂ ਕੋਈ ਚਾਦਰ ਲੈ ਗਿਆ। ਆਂਦਾ ਮੇਰੀ ਫੁੱਫੀ ਨੇ ਅੱਗੇ ਉੱਠ ਕੇ ਵੇਖ, ਨਾ ਤੇਰੀ ਚਾਦਰ ਹੈ ਨਾ ਮੇਰੀ ਚਾਦਰ ਹੈ। ਬੀਬੀ ਫਰਮਾਉਂਦੀ ਹੈ ਜਦੋਂ ਮੈਂ ਫੁੱਫੀ ਦਾ ਸਾਰ ਨੰਗਾ ਵੇਖਿਆ ਉਦੋਂ ਮੈਂ ਫੁੱਫੀ ਦੇ ਗਲ 'ਚ ਬਾਹਾਂ ਪਾ ਕੇ ਰੋਣ ਦੀ ਕੋਸ਼ਿਸ਼ ਕੀਤੀ। ਆੜੀਆਂ ਭੈਣਾਂ ਮੇਰੀਆਂ ਬੈਠੀਆਂ ਨੱਤੀਆਂ, ਅੱਲਾ ਨਾ ਕਰੇ ਇਹਨਾਂ ਨੂੰ ਗਮ ਆਵੇ। ਅਸੀਂ ਅਜ਼ੀਜ਼ੋ ਬਹਿ ਕੇ ਫਾਤਿਹਾ ਪੜ੍ਹ ਕੇ ਆ ਜਾਂਦੇ, ਇਹਨਾਂ ਦੇ ਗਲ ਨਾ ਬੀਬੀ ਲੱਗੇ ਤੇ ਆਉਂਦੀਆਂ ਨੇ ਆਈ ਆਇਆ ਸੀ ਆਈ ਸੀ ਉੱਥੇ ਬੈਠੀ ਰਹੀ ਹੈ ਮੇਰੇ ਗਲ ਨਹੀਂ ਲੱਗੀ। ਗਲ ਲੱਗੀਆਂ ਨੂੰ ਮਜ਼ਾਕ ਨਾ ਕਰਿਆ ਜੇ। ਹਜ਼ਰਤ ਫਾਤਿਮਾ ਕੁਬਰਾ ਫਰਮਾਉਂਦੇ ਨੇ ਮੇਰਾ ਦਿਲ ਕੀਤਾ ਮੈਂ ਅੰਮਾ ਫੁੱਫੀ ਅੰਮਾ ਦੇ ਗਲ 'ਚ ਬਾਹਾਂ ਪਾ ਕੇ ਇੱਕ ਵਾਰੀ ਰਹਿਣ ਤੇ ਕਰ ਲਾਂ, ਰੋ ਤੇ ਲਵਾਂ ਪਿਓ ਦਾ ਸਰ ਨੋ ਕੇ ਸਨਾ ਤੇ ਸਰ ਤੇ ਚਾਦਰ ਕੋਈ ਨਹੀਂ ਖੈਮੇ ਸੜੇ ਨੇ। ਬੀਬੀ ਫਰਮਾਉਂਦੀ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਖੁੱਲ੍ਹਾ ਮੈਦਾਨ ਵੇਖਿਆ। ਕੀ ਸੁਣਿਆ? ਜ਼ਿੰਦਗੀ 'ਚ ਪਹਿਲੀ ਵਾਰੀ ਖੁੱਲ੍ਹਾ ਮੈਦਾਨ ਵੇਖਿਆ। ਜ਼ਿੰਦਗੀ 'ਚ ਪਹਿਲੀ ਵਾਰੀ ਖੁੱਲ੍ਹਾ ਮੈਦਾਨ ਵੇਖਿਆ। ਅਗਲੇ ਲਫ਼ਜ਼ ਬੀਬੀ ਦਾ ਨਾ ਹੁਣ ਤੇ ਮੈਂ ਮੁਜਰਮ ਹਾਂ, ਮੈਂ ਪੜ੍ਹੇ। ਬੀਬੀ ਫਰਮਾਉਂਦੇ ਨੇ ਮੇਰਿਆਂ ਭਰਾਵਾਂ ਮੇਰੇ ਫੁੱਫੀ ਦੇ ਪੁੱਤਰਾਂ ਤੇ ਮੇਰਿਆਂ ਚਾਚਿਆਂ ਦੀਆਂ ਲਾਸ਼ਾਂ
ਫਰਮਾਉਂਦੀ ਮੇਰਾ ਦਿਲ ਕੀਤਾ ਆਜ਼ਾ ਬਾਅਦ ਮੈਂ ਬੈਠਿਆ ਦੋਵੇਂ ਪਾਵਾਂ ਫੁੱਫੀ ਦੇ ਗਲ ਚ ਪਾ ਕੇ ਰੋਵਾਂ ਇਧਰੋਂ ਵੇਖਣਾ ਮੈਂ ਆਂਚ ਕਰਨ ਲੱਗੀ ਹਾਂ ਤੇ ਮੇਰੀ ਫੁੱਫੀ ਨੇ ਮੇਰੇ ਦੋਵੇਂ ਹੱਥ ਦੋਵਾਂ ਹੱਥਾਂ ਨਾਲ ਫੜ ਲੈ ਤੇ ਉੱਥੇ ਹੀ ਖਰਾਲ ਕੇ ਕਹਿਣ ਲੱਗੀ ਇੱਥੇ ਖਲੋ ਕੇ ਰੋ ਲੈ ਮੈਂ ਬੜੀ ਔਖੀ ਫਰਮਾਉਂਦੇ ਰਿਹਾ ਅੰਮਾ ਮੈਂ ਤੇਰੇ ਗਲ ਚ ਪਾਵਾਂ ਪਾਉਣਾ ਚਾਹੁੰਦੀ ਹਾਂ ਫਰਮਾਇਆ ਬੇਟਾ ਮੇਰੇ ਥਾਂ ਇਸ ਕਾਬਿਲ ਨਹੀਂ ਕਿ ਉੱਤੇ ਵਜ਼ਨ ਪਵੇ ਫਰਮਾਉਂਦੇ ਨੇ ਅੰਮਾ ਵਖਾ ਬੀਬੀ ਫਰਮਾਉਂਦੀ ਹੈ ਥੋੜ੍ਹਾ ਥੋੜ੍ਹਾ ਅੰਧੇਰਾ ਸੀ ਜਦੋਂ ਮੈਂ ਫੁੱਫੀ ਦੇ ਵਾਲ ਮੁਬਾਰਕ ਹਟਾ ਕੇ ਵੇਖਿਆ ਇੱਧਰੋਂ ਵੇਖੋ ਇੱਕ ਵਾਰੀ ਬੀਬੀ ਫਰਮਾਉਂਦੀ ਹੈ ਮੇਰੇ ਫੁੱਫੀ ਜਾਨ ਦੇ ਜਿਹੜੇ ਇਹ ਕੰਧੇ ਨੇ ਤੇ ਕੰਧਿਆਂ ਦੇ ਪਿੱਛੇ ਜਿਹੜੀ ਜਗ੍ਹਾ ਉਹ ਸਿਆਹ ਕਾਲੀ ਹੋ ਚੁੱਕੀ ਜਦੋਂ ਮੈਂ ਵੇਖਿਆ ਨਾ ਮੇਰੀ ਫੁੱਫੀ ਦੀ ਗਰਦਨ ਦਾ ਰੰਗ ਸਿਆਹ ਹੋ ਗਿਆ ਮੈਂ ਕਿਹਾ ਅੰਮਾ ਤੈਨੂੰ ਇੱਥੇ ਕੀ ਹੋਇਆ ਆਂਦੇ ਨੇ ਮੇਰੀ ਫੁੱਫੀ ਆ ਗਿਆ ਸੱਜਾਦ ਨੂੰ ਮਾਰਨ ਆਏ ਸਨ ਕਦੀ ਮੈਂ ਸੱਜੇ ਹੋ ਜਾਂਦੀ ਸਾਂ ਕਦੀ ਖੱਬੇ ਹੋ ਜਾਂਦੀ ਸਾਂ ਮੈਂ ਚਾਰ ਚਵੇਰੇ ਸੱਜਾਦ ਤੇ ਖਲੋ ਖਲੋ ਕੇ ਮੈਨੂੰ ਮਾਰਿਆ ਹੀ ਜੁਮੇ ਦਿਆ ਨਵਾਜ਼ੀਆਂ ਮੈਨੂੰ ਮਾਰਿਆ ਹੀ ਕੁਰਾਨ